ਸੋਚਿਆ ਸੀਗਾ ਵੀ ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਆਏ ਵੀ ਕਦੇ ਸਾਗਰ ਦੀ ਵੋਟੀ ਇੰਨੀ ਮਸ਼ਹੂਰ ਵੀ ਹੋ ਸਕਦੀ ਹੈ? ਨਹੀਂ ਜੀ, ਮੈਂ ਤੇ ਐਵੇਂ ਕਹਾਂ, ਮੇਰਾ ਤੇ ਦਾਇਰਾ ਉਹਨਾਂ ਕੀ ਜੀ। ਤੁਹਾਨੂੰ ਕਦੇ ਇਹ ਮਹਿਸੂਸ ਹੁੰਦਾ ਵੀ ਉਹ ਮੈਨੂੰ ਨਹੀਂ ਸੀ ਕਰਨਾ ਚਾਹੀਦਾ, ਸਰਦਾ ਸੀ? ਜੋ ਮੈਂ ਗਾਉਣਾ ਚਾਹੁੰਦਾ ਸੀ ਪੋਤੋ, ਮੈਨੂੰ ਦੁਨੀਆ ਨੇ ਨਹੀਂ ਗਾਉਣ ਦਿੱਤਾ, ਉਹ ਚੋਂ ਮੈਨੂੰ ਆਟਾ ਨਹੀਂ ਸੀ ਮਿਲਣਾ। ਮੈਨੂੰ ਹਿੱਕ ਦੇ ਨਾਲ ਘੁੱਟ ਘੁੱਟ ਕੇ ਲਾ ਲਾ, ਤੁਸੀਂ ਇਹੋ ਜਿਹੇ ਗੀਤ ਗਾਏ ਆ, ਉਹ ਲੀਹੋ ਲੱਥੇ ਤਾਂ ਹੈਗੇ ਆ। ਜਿਹੜੇ ਲੋਕ ਸਾਡੇ ਲਈ ਅੰਨ ਪੈਦਾ ਕਰ ਰਹੇ ਹੁੰਦੇ ਨਾ, ਉਹਨਾਂ ਨੂੰ ਪੁੱਛ ਕੇ ਵੇਖੋ ਇਹਦਾ ਗਲਤ ਮਤਲਬ ਨਿਕਲ। ਉਹ ਕਣਕ ਨੂੰ ਪਾਣੀ ਲਾਉਣ ਗਏ ਆ, ਉਹ ਸਹੇਲੀ ਦੀ ਰਜਾਈ 'ਚ ਥੋੜ੍ਹੀ ਵੜਨ ਗਏ ਆ। ਮੇਰੇ ਘਰ ਇਕੱਲੇ ਮੇਰੇ ਪੰਜ ਚਾਰ ਜੀਆਂ ਨੇ ਨਹੀਂ ਸੁਣਿਆ, ਉਹ ਪੰਜਾਬੀਆਂ ਨੇ ਸੁਣਿਆ। ਚੱਲਦੀਆਂ ਤਾਂ ਨੀਲੀਆਂ ਫਿਲਮਾਂ ਵੀ ਆ, ਪੰਜਾਬੀ ਉਹ ਵੀ ਵੇਂਦੇ ਆ, ਪਰ ਇਹਦਾ ਮਤਲਬ ਇਹ ਥੋੜ੍ਹੀ ਵੀ ਉਹ ਕਲਾਕਾਰ ਅਮਰ ਹੋ ਗਏ। ਸੋਰੀ ਸਰ, ਉਹ ਉਮਰ ਮੇਰੇ ਤੇ ਨਾ ਆਉਂਦੀ ਜੰਗੇਜ, ਤੇ ਮੈਂ ਜੰਗੇਜ ਵਾਲੇ ਗਾਣੇ ਉਹਨਾਂ ਦੇ ਨਾ ਗਾਉਂਦਾ। ਕਦੇ ਇਦਾਂ ਦਾ ਹੋਇਆ ਸੀ ਵੀ ਕਿਸੇ ਬੀਬੀ ਨੇ ਕਿਹਾ ਹੋਵੇ ਵੀ ਹਿੱਕ ਨਾਲ ਘੁੱਟ ਕੇ ਲਾ ਲਾ, ਕੋਈ ਇਦਾਂ ਦਾ ਗਾਣਾ ਸੁਣਾ ਦੇ? ਇਮੀਡੀਏਟਲੀ ਐਡੀ ਕਿਹੜੀ ਮਜਬੂਰੀ ਪੈ ਗਈ ਵੀ ਆਪਾਂ ਇੰਡਿਕਾ ਉਹਨੂੰ ਵੇਖ ਲੈ ਚਲਾਉਂਦੇ ਨੂੰ, ਤਾਂ ਆਪਾਂ ਵੀ ਸਿੱਖਣੀ ਹੈ ਡਰਾਈਵ। ਇਹਦੀ ਉਮਰ ਉਹ ਸੀ, ਇਹਨੂੰ ਸਮਝ ਨਹੀਂ ਸੀ ਮੈਂ ਕੀ ਗਵਾ ਰਿਹਾ। ਰਾਤ ਦੇ ਹਨੇਰੇ ਦੇ ਵਿੱਚ ਕੀਤੇ ਜਾਣ ਵਾਲੇ ਕੁਕਰਮਾਂ ਦਾ ਜ਼ਿਕਰ ਤੁਸੀਂ ਕੀਤਾ ਹੈਗਾ, ਤੁਹਾਨੂੰ ਇਸ ਗੱਲ ਤੇ ਥੋੜੀ ਜਿਹੀ ਸ਼ਰਮਿੰਦਗੀ ਹੁੰਦੀ ਕਿ ਨਹੀਂ ਕਦੇ? ਕਿ ਉਸ ਵੇਲੇ ਮੈਂ ਆਟੇ ਕੋਟੇ ਲਈ ਉਹ ਕੰਮ ਕੀਤਾ, ਨਹੀਂ ਤੇ ਮੈਨੂੰ ਕੌਣ ਕਵੇ ਵੀ ਤੂੰ ਆ ਡਿਊਟ ਗਾ? ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਚਾਹੀਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹੋ ਗਏ ਆ। ਮੈਂ ਹਾਂ ਹਰਮਨ ਥਿੰਦ ਤੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਬਹੁਤ ਵਧੀਆ, ਚੜ੍ਹਦੀ ਕਲਾ ਜ਼ਿੰਦਾਬਾਦ। ਕਿਵੇਂ ਚੱਲ ਰਹੀ ਹੈ ਜ਼ਿੰਦਗੀ? ਜ਼ਿੰਦਗੀ ਠੀਕ ਹੈ ਜੀ, ਟੜਾ ਟਣਾ। ਅੱਜ ਖੁੱਲੀ ਹਵਾ ਦੇ ਵਿੱਚ ਬੈਠੇ ਆ, ਕਿਵੇਂ ਮਹਿਸੂਸ ਕਰ ਰਹੇ ਹੋ? ਕੁਦਰਤ ਦੀ ਗੋਦਾ ਅਸਲ ਦੇ ਵਿੱਚ, ਪੱਤੇ ਹਿਲਦੇ ਆ, ਟਹਿਣੀਆਂ ਚੁੱਕਦੀਆਂ। ਮੈਂ ਤਾਂ ਟਾਣਾ ਵੀ ਚੁੱਕਦਾ, ਹਾਂ ਟਹਿਣਾ ਵੀ ਚੁੱਕਦਾ, ਸਭ ਦੇ ਮੂਹਰੇ ਚੁੱਕਦਾ, ਮੈਂ ਤਾਂ ਕਦੇ ਅੜਦਾ ਹੀ ਨਹੀਂ। ਪਰ ਟਹਿਣੀਆਂ ਚੁੱਕ ਰਹੀਆਂ, ਪੱਤੇ ਹਿਲ ਰਹੇ ਆ, ਹਵਾ ਕਲੋਲਾਂ ਕਰਦੀ ਆ, ਪਿੰਡੇ ਨੂੰ ਛੇੜ ਛੇੜ ਲੰਘਦੀ ਆ, ਪਾਰਕ ਦੇ ਵਿੱਚ ਬੈਠੇ ਆ। ਤੇ ਅੱਜ ਸਾਡੇ ਨਾਲ ਉਹ ਨੇ ਜਿਨ੍ਹਾਂ ਨੇ ਪੰਜਾਬੀਆਂ ਨੂੰ ਵਕਤ ਪਾਇਆ ਪਿਆ, ਜਿਨ੍ਹਾਂ ਨੇ ਪੰਜਾਬੀਆਂ ਨੂੰ ਕੰਮ ਤੇ ਲਾਇਆ ਪਿਆ। ਜਿੱਧਰ ਵੇਖਦੇ ਆ ਅਖੇ ਸਾਗਰ ਦੀ ਵੋਟੀ, ਸਾਗਰ ਦੀ ਵੋਟੀ, ਸਾਗਰ ਦੀ ਵੋਟੀ। ਸਾਡੇ ਨਾਲ ਸਾਗਰ ਵੀ ਹੈ ਤੇ ਨਾਲ ਉਹਨਾਂ ਦੀ ਵੋਟੀ ਵੀ ਹੈ ਜੀ। ਬਹੁਤ ਸਾਰੀਆਂ ਗੱਲਾਂ ਉਹਨਾਂ ਦੇ ਨਾਲ ਕਰਨੀਆਂ ਨੇ, ਪਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਥੈਂਕ ਯੂ ਸਰ, ਥੈਂਕ ਯੂ ਜੀ ਸਰ, ਤੁਹਾਡਾ, ਤੁਹਾਡੇ ਚੈਨਲ ਦਾ, ਤੁਹਾਡੀ ਟੀਮ ਦਾ ਕੋਟ ਅਨ ਕੋਟ ਧੰਨਵਾਦ ਸਰ। ਤੁਸੀਂ ਮੈਨੂੰ ਗਰੀਬ ਨੂੰ ਆਪਣੇ ਚਰਨਾਂ 'ਚ ਬੁਲਾਇਆ, ਮਿਹਰਬਾਨੀ ਜੀ, ਥੈਂਕ ਯੂ ਸਰ। ਵੀ ਜਿਸ ਦਿਨ ਤੋਂ ਸਾਗਰ ਦੀ ਵੋਟੀ ਲੈਂਦੀ ਇੰਡਿਕਾ ਚਲਾ ਜੀ, ਇਹ ਗਾਣਾ ਵਾਇਰਲ ਹੋਇਆ ਜੀ ਸਰ, ਇਹ ਰੀਲ ਵਾਇਰਲ ਹੋਈ ਆ ਜੀ ਸਰ, ਦੋਵਾਂ ਨੇ ਗੋਗਲ ਲਾਉਣੀਆਂ ਸ਼ੁਰੂ ਕਰਤੀਆਂ। ਹੋ ਵਾਹ, ਐਨਕ ਮਕਾਰੇ ਪੈਂਦੇ ਹੁਣ, ਕਹਿੰਦੇ ਵੀ ਐਨਕ ਨਹੀਂ ਲਾਉਂਦੇ ਇਹ, ਸੌਣ ਲੱਗੇ ਵੀ। ਅੱਛਾ, ਚੱਕਰ ਕੀ ਆ? ਇਸ ਟਹਿਲ ਮਾਰਦੇ? ਨਹੀਂ ਨਹੀਂ ਸਰ, ਨਹੀਂ ਸਰ, ਮੈਂ ਉਹ ਤੇ 150-200 ਪੱਤਰਕਾਰ ਵੀਰਾਂ ਨੂੰ ਇੰਟਰਵਿਊ ਦੇ ਵਿੱਚ, ਪਤਾ ਨਹੀਂ 100-150-200 ਇੰਟਰਵਿਊ ਦੇ ਵਿੱਚ ਦੱਸ ਹੀ ਚੁੱਕਾ ਹਫ਼ਤੇ ਡੇਢ ਹਫ਼ਤੇ ਤੋਂ ਵੀ ਇਹ ਮਜਬੂਰੀ ਆ ਜੀ, ਅਤੇ ਮੇਰਾ ਖਿਆਲ ਇਹ ਗੱਲ ਸ਼ਾਇਦ ਨਹੀਂ ਪੁੱਛੀ ਉਹ ਇਹਦੇ ਬਾਰੇ। ਅਤੇ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਸੀ ਵੀ ਇਹ ਗੱਲ ਦੱਸ ਚੁੱਕਾ ਕਿ ਮੈਂ ਬਹੁਤ ਗਰੀਬ ਘਰ ਨੂੰ ਬਿਲੋਂਗ ਕਰਦਾ, ਅਤੇ ਇਹ ਜੀ ਇਹਨਾਂ ਦਾ ਕੋਰਨੀਆ ਟ੍ਰਾਂਸਪਲਾਂਟ ਹੋਇਆ ਜੀ, 3 ਵਾਰੀ ਅੱਖ ਫਟ ਗਈ ਸੀ। ਉਹ ਇੱਕ ਬਿਮਾਰੀ ਹੁੰਦੀ ਜੀ ਅਕੈਂਥਮੀਬਾ, ਬਹੁਤ ਨਾਮੁਰਾਦ ਬਿਮਾਰੀ, ਉਹਦਾ ਇਲਾਜ ਨਹੀਂ ਵਰਲਡ ਦੇ ਵਿੱਚ ਹੈਗਾ, ਅਜੇ ਉਹਦੀ ਮੈਡੀਸਨ ਵੀ ਪੇਟੈਂਟ ਹੋ ਕੇ ਸ਼ੀਸ਼ੀਆਂ 'ਚ ਪੈਕ ਹੋ ਕੇ ਉਹ ਨਹੀਂ ਆਈ। ਉਹਦੇ ਕੱਚੇ ਕੈਮੀਕਲ ਆਉਂਦੇ ਨੇ ਆਸਟ੍ਰੇਲੀਆ ਤੋਂ। ਅੱਛਾ, ਉਹਦੇ ਆ 1.5-2 ਸਾਲ ਦਵਾਈ ਪਾ ਕੇ ਬਾਅਦ 'ਚ ਉਹ ਕੋਰਨੀਆ ਟ੍ਰਾਂਸਪਲਾਂਟ ਕਰ ਦਿੰਦੇ ਆ ਜੀ, ਪਰ ਉਹ ਬਾਅਦ 'ਚ ਫਿਰ ਬਿਮਾਰੀ ਜ਼ੋਰ ਮਾਰ ਦਿੰਦੀ, ਫਿਰ ਉਹ ਫਟ ਜਾਂਦੀ ਸੀ। 2 ਵਾਰੀ ਅੱਖ ਪਹਿਲਾਂ ਫਟ ਗਈ, 3ਵਾਰੀ ਹੁਣ ਟਿੱਕੀ ਹੋਈ ਹੈ ਜੀ ਅੰਬਾਲੇ ਤੋਂ, ਬਹੁਤ ਵੱਡੇ ਥਾਂ ਤੋਂ ਫਿਰ ਇਲਾਜ ਡਾਕਟਰ ਅਸ਼ੋਕ ਮਿੱਤਲ ਜੀ, ਉਹਨਾਂ ਨੇ ਕਿਹਾ ਵੀ ਬਿਲਕੁਲ ਵੀ ਬਾਹਰ ਦਾ ਚਾਨਣ ਅਜੇ ਥੋੜ੍ਹੀ ਦੇਰ, ਹੁਣ ਐਕ ਨਹੀਂ, ਫਿਰ ਕੁਝ ਥੋੜ੍ਹਾ ਜਿਹੀ ਪ੍ਰੋਬਲਮ ਆਈ ਸੀ ਉਹਨਾਂ ਸੈੱਟ ਕੀਤਾ ਹੈ। ਮੇਰੇ ਜੀ ਜਦੋਂ ਵੱਡਾ ਐਕਸੀਡੈਂਟ ਹੋਇਆ ਸੀ, ਜਦੋਂ ਮੇਰਾ ਲੱਕ ਟੁੱਟਿਆ ਹੈ, ਇਹ ਸਾਰੇ ਅੰਮ੍ਰਿਤਸਰ ਗੁਰਦਾਸਪੁਰ ਨੂੰ ਪਤਾ ਜੀ, ਜੰਮੂ ਤੋਂ ਆਉਂਦਿਆਂ ਗੁਰਦਾਸਪੁਰ ਦੇ ਲਾਗੇ ਐਕਸੀਡੈਂਟ ਹੋਇਆ, ਗੱਡੀ ਬਿਲਕੁਲ ਟਾਇਰ ਉੱਪਰ ਨੂੰ ਹੋ ਗਏ ਸੀਗੇ, ਅਤੇ ਉਹ ਕਈ ਦਿਨ ਗੱਡੀ ਉੱਥੇ ਹੀ ਪਈ ਰਹੀ, ਉੱਥੋਂ ਮੈਨੂੰ ਰੋਡਵੇਜ਼ ਦੀ ਬੱਸ 'ਚ ਲੱਦ ਕੇ ਸਰੋਤੇ ਹੀ ਲਿਆਏ ਸੀਗੇ। ਰਾਹ ਜਾਂਦੇ ਤੜਕੇ 4 ਵਜੇ ਲਾਗੇ ਰੌਲਾ ਪੈ ਗਿਆ ਬਾਈਕਾਂ ਦੇ, ਖੇਤਾਂ 'ਚ ਸਾਗਰ ਦਾ ਐਕਸੀਡੈਂਟ ਹੋ ਗਿਆ। ਅਤੇ ਇਹ ਮੇਰੀ ਅੱਖ ਦੀ ਨਾ ਪ੍ਰੋਬਲਮ ਚੱਲ ਰਹੀ ਹੈ ਜੀ ਉਦੋਂ ਦੀ, ਉਹ ਐਕਸੀਡੈਂਟ ਨਾਲ ਨਾ ਥੋੜ੍ਹੀ ਜਿਹੀ ਵੱਡੀ ਛੋਟੀ ਸੀ, ਉਹ ਹੁਣ ਇਲਾਜ ਕਰਾਇਆ ਜੀ, ਉਹਦੇ ਵਾਸਤੇ ਮੈਨੂੰ 1 ਮਹੀਨਾ ਕੁ ਇਹ ਰੱਖਣੀ ਪੈਣੀ ਹੈ ਤੂੰ ਵੱਧ। ਅੱਛਾ, ਥੈਂਕ ਯੂ। ਇਹ ਸਟਾਈਲ ਨਹੀਂ ਗਾ ਇਹ? ਨਹੀਂ ਨਾ, ਬਿਲਕੁਲ ਨਹੀਂ, ਮਜਬੂਰੀ ਹੈ, ਬਿਲਕੁਲ ਨਹੀਂ। ਅੱਛਾ, ਇਹ ਕਲਾਕਾਰਾਂ ਵਾਲੀ ਗੱਲ ਨਹੀਂ ਗੀ? ਨਹੀਂ ਸਰ, ਕਲਾਕਾਰ ਹੀ ਆਏ ਨਹੀਂ ਤੇ, ਕਲਾਕਾਰ ਪਰ ਥੋੜੀ ਜਿਹੀ ਐਨਕ ਹੈ ਨਾ, ਸ਼ਿਲਪਾ ਸ਼ੈਟੀ ਟਾਈਪ ਆ ਨਾ ਇਹ ਸਰ, ਉਹ ਫਿਰ ਉਹ ਆਰਟਿਸਟ ਨੇ, ਹਾਂ ਅਸੀਂ ਬਿਮਾਰ ਆ, ਇਹ ਕੰਬੀਨੇਸ਼ਨ ਬਣਦਾ ਤੇ ਨਹੀਂ ਆ। ਚਲੋ
पर कदे आस सी भी 30 सेकंड विचों ऐसे निकल के आउणगे भी बरू दरगे बन जाणगे। सर मैनू जां इन्हां नूं तुहाडी पाबो नूं आस होवे जां ना होवे ते उपर वाले ने ते पंजाबियां ने जिहड़ा काम करना होवे उह भावें 30 सेकंड बनाउण उह ते भावें उन्हां दा भी कोई होर तीवां भाग होवे ते उह बिना भाग तों भी कर सकदे आ जी। पंजाबी कल्ले कल्ले पंजाबी कल्ले कल्ले इंसान च रब वसदा जी। ते मेरा ख्याल आ जे करोड़ डेढ़ करोड़ बच्चे दसदे आ ते तुहाडे वर्गे जिहड़े साहब लोग ने चैनलों वाले उह दसदे आ जी उह डेढ़ करोड़ हो गया तेरा तेरा ढाई करोड़ हो गया पता नहीं की हुंदे नंबर जे मैनूं ते पता नहीं व्यू कहीदा की कहीदा। ते उह जिथे इन्ना पंजाबी देश विदेश तों ते उह प्यार दे रहा उह चाहे 30 सेकंड हुंदे चाहे गाणा हुंदा बाकी इह प्यार सर उदों ही मिलिया सी। मैं अज मैनू शायद पिछले डेढ़ हफ्ते च जिन्ने इंटरव्यू जिन्ना प्यार मिलिया जिहड़ा ढाई करोड़ जां जिन्ना भी उह व्यू हुंदे की हुंदा जिन्नियां रीलां कोई 2 लख 4 लख इन्नी खुशी जिन्नी खुशी उहदी होई ना उस तों 2 गुणा वध के अज खुशी सी मैनू कि मैं एक ऐसी शख्सियत दे मत्थे लग रहा जिस शख्सियत ने मेरे नाल अपनी मेहनत शुरू की स्ट्रगल शुरू की और वो मेरे नालों बहुत ज़्यादा दिल का सच्चा ज़्यादा होने करके तो मेरे नालों बहुत पहला बहुत उच्ची पदवी पर पहुँच गया तो वह शुभ नाम है जी सवर्ण टैणा जी। बहुत मेहरबानी जी बहुत धन्यवाद। इस करके मेरे च कमियां होणगियां जी मैनूं देर लग गई तो मैं समझदा मैं बिल्कुल सच जी नहीं पर आपां ओह कमियां पेशियां बारे भी गल करांगे पर एक गल मैं तुहानूं दसदा भी जे किते तुसीं कहा हुंदा ना भी सागर दी वोटी लैंदी कंबाइन भी चला ते अद्धे पंजाब ने कंबाइन ते चढ़ जाणा सी। ओए होए होए मैनूं इउं लगदा जी सर। अच्छा जी शुक्र करो भी तुसीं इंडिका ते गल छड़ती है जी सर। ठीक है वो तो जहाज भी कह दिया जी अजय तो इन्ना चंग भी जहाज नहीं चला लेंदी है बदौलत हमेशा कहिंदे ही मैनूं भी फुल्लां वाली रजाई आउण दी देर है फुल्लां वाली रजाई आउण दी देर है ये सच्ची दी गल जी ते अज तुहाडे चरणां च बैठे मतलब ये कह रहे आ ਉਹ ਫਿਰ ਇਹਨਾਂ ਨੇ ਤੁਹਾਨੂੰ ਪਹਿਲਾਂ ਮਿੰਨਤ ਕੀਤੀ ਸੀ ਨਾ ਵੀ ਮੈਨੂੰ ਗੱਲ ਨਹੀਂ ਕਰਨੀ ਥੋੜੀ ਥੋੜੀ ਪੁੱਛਿਓ ਗੱਲ ਇਹ ਕਹਿ ਰਿਹਾ ਪਿੰਡ ਲੈਵਲ ਦੀ ਇਹ ਗੱਲ ਕਹਿ ਰਹੇ ਵੀ ਇਹ ਤਾਂ ਸਕੂਲੇ ਪੜ੍ਹਦੇ ਸੀ ਨੌਵੀਂ 8ਵੀਂ 9ਵੀਂ 'ਚ ਅਤੇ ਇਹਨਾਂ ਦੇ ਪਿੰਡ ਮੈਂ ਗਾਉਣ ਗਿਆ ਸੀ ਪੇਕਾ ਪਿੰਡ ਮੈਂ ਗਾਉਣ ਗਿਆ ਸੀ ਮੈਂ ਨਾ ਉਦੋਂ 2 ਕੈਸਟਾਂ ਨਾਲ ਹਾਜ਼ਰੀ ਲੱਗ ਚੁੱਕੀ ਸੀ ਅਤੇ ਚੰਗੀ ਭਰਵੀਂ ਹਾਜ਼ਰੀ ਲੱਗ ਗਈ ਸੀ ਮੈਂ ਇਹਨਾਂ ਦੇ ਨਗਰ 'ਚ ਗਾਉਣ ਗਿਆ ਅਤੇ ਇਹ ਸਕੂਲ ਵਾਲਾ ਬਸਤਾ ਪਾਇਆ ਮੋਢੇ 'ਤੇ ਝੋਲਾ ਪਾਇਆ ਉਹ ਲੂੰਡੇ ਕਰੇਲੇ ਜੇ ਕੀਤੇ ਅਤੇ ਸਕੂਲ ਵਾਲਾ ਉਹ ਪਾਇਆ ਝੱਗਾ ਕੁੜਤਾ ਜੋ ਵੀ ਪਜਾਮਾ ਅਤੇ ਇਹ ਆਏ ਅਤੇ ਸਟੇਜ ਦੇ ਲਾਗੇ ਉਦੋਂ ਜਿਸ ਤਰ੍ਹਾਂ ਦਾ ਰਿਵਾਜ਼ ਹੁੰਦਾ ਸੀ 24-25 ਸਾਲ ਪਹਿਲਾਂ ਅਤੇ ਇਹ 20 ਰੁਪਏ ਇਹਨਾਂ ਮੈਨੂੰ ਉਦੋਂ 10-20-30 ਇਸ ਤਰ੍ਹਾਂ ਦਾ ਰਿਵਾਜ਼ ਸੀ 20 ਰੁਪਏ ਮੈਨੂੰ ਦਿੱਤੇ ਅਤੇ ਸੁੱਕੇ ਸੜੀ ਜੀ ਸਿਹਤ ਅਤੇ ਚਲੋ ਉਹ ਸਕੂਲੋਂ ਆਏ ਬੱਚਾ ਜਿਸ ਤਰ੍ਹਾਂ ਰੰਗ ਚਲੋ ਅਤੇ ਇਹਨਾਂ ਦੀ ਮਾਤਾ ਜੀ ਨਾਲ ਸੀ। ਅੱਛਾ ਜੀ ਯਾਨੀ ਇਹਨਾਂ ਦੇ ਮਾਤਾ ਯਾਨੀ ਮੇਰੇ ਮਾਤਾ ਇਹਨਾਂ ਦੇ ਮਾਤਾ ਜੀ ਨਾਲ ਸੀ ਉਹ ਲਾਗੇ ਜਦੋਂ ਇਹ ਪੈਸੇ ਫੜਾਉਣ ਡੇ ਅਤੇ ਚਲੋ ਨਾਂ ਸਿੰਗਰ ਨੂੰ ਹੁੰਦਾ ਵੀ ਨਾਂ ਦੱਸੋ ਜੀ ਵੀ ਨਾਂ ਅਨਾਊਂਸ ਕਰਨਾ ਉਹ ਮਾਤਾ ਨੇ ਨਾਂ ਵੀ ਦੱਸਿਆ ਸ਼ਾਇਦ ਇਹਨਾਂ ਦੇ ਪਿਤਾ ਦਾ ਅਤੇ ਨਾਲ ਮਾਤਾ ਜੀ ਨੇ ਕਿਹਾ ਵੀ ਮੈਨੂੰ ਇਸ਼ਾਰਾ ਕਰਕੇ ਕਿਹਾ ਵੀ ਪੁੱਤ ਇਹ ਬੱਚੇ ਨੇ ਗਾਣਾ ਗਾਉਣਾ ਅਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਠਾਣੇ ਹੋ ਕਿ ਮੈਂ ਕਿਹਾ ਕੀ ਗਾਓਗੇ ਕਹਿੰਦੇ ਜੀ ਤੁਹਾਡਾ ਹੀ ਗਾਣਾ ਮੈਂ ਕਿਹਾ ਕਿਹੜਾ ਤੁਹਾਡੀਆਂ ਜੀ 2 ਟੇਪਾਂ ਨੇ ਉਹ ਜਿੰਨੇ ਵੀ 15-16 ਗਾਣੇ ਉਹ ਮੈਨੂੰ ਸਾਰੇ ਆਉਂਦੇ ਆ ਉਹਦੇ ਵਿੱਚੋਂ ਇੱਕ ਇਹਨਾਂ ਨਿੱਕੀ ਜੀ ਉਹ ਜਿਸ ਤਰ੍ਹਾਂ ਦੀਆਂ ਮੇਰੀਆਂ ਸ਼ਰਾਰਤਾਂ ਜਿਹੀਆਂ ਹੁੰਦੀਆਂ ਉਹ ਨਿੱਕੀ ਜੀ ਇੱਕ ਸ਼ਰਾਰਤ ਅਮਲੀ ਦਾ ਗਾਣਾ ਕੁਛ ਸੀਗਾ ਅਤੇ ਚੁਟਕਲਾ ਜਿਹਾ ਉਹ ਇਹਨਾਂ ਮੇਰੇ ਨਾਲ ਗਾਇਆ ਕੁਛ ਪਰਮਾਤਮਾ ਨੂੰ ਪਤਾ ਹੋਊਗਾ ਉਹ ਜਿਹੜੀ ਸੰਗਤ ਸੀ ਅੱਗੇ ਜਿਹੜੇ ਸਰੋਤੇ ਸੀ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਬਹੁਤ ਰੌਲਾ ਇਹਨਾਂ ਦੇ ਪਿੰਡ 'ਚ ਪਿਆ ਕਿ ਵਾਹਿਗੁਰੂ ਕਰੇ ਜੇ ਕਿਤੇ ਇਹ 2 ਆਵਾਜ਼ਾਂ ਇਹ ਦੋਵੇਂ ਇਕੱਠੀਆਂ ਹੋ ਜਾਣ ਅਤੇ ਪਰਮਾਤਮਾ ਕੁਛ ਕਰ ਸਕਦਾ ਅਤੇ ਬਸ ਜੀ ਉਹ ਮੈਂ ਹਫ਼ਤੇ ਡੇਢ ਹਫ਼ਤੇ ਬਾਅਦ ਗਿਆ ਇਹਨਾਂ ਦੇ ਘਰ ਮਾਤਾ ਜੀ ਨੂੰ ਬੇਨਤੀ ਕੀਤੀ ਜੀ ਟੇਪ ਕਰਾ ਦਿਓ ਉਹ ਡਰਦੇ ਡਰਦੇ ਝੱਕਦੇ ਝੱਕਦੇ ਜੀ ਕੁੜੀਆਂ ਜੀ ਉਹ ਆ ਇਹਨਾਂ ਨੇ ਕਿਹਾ ਵੀ ਮੈਨੂੰ ਗਾਉਣ ਦਾ ਮਾਤਾ ਸ਼ੌਕ ਆ ਅਤੇ ਤੁਸੀਂ ਆਪੇ ਆਉਂਦੇ ਹੁੰਦੇ ਜੀ ਤੈਨੂੰ ਸਿਖਾਉਣਾ ਅਤੇ ਵੇਖ ਲਾ ਫਿਰ ਹੁਣ ਜੇ ਨਾਲੇ ਸਿੱਖ ਵੀ ਜਾਊਂ ਅਤੇ ਨਾਲੇ ਗਾ ਵੀ ਲਊਂ ਇਹ ਜੀ ਮੇਰੇ ਨਾਲ ਟੇਪ ਦਾ ਰਿਆਜ਼ ਕਰਨ ਲਈ ਘਰ ਆਏ ਉਹ 2-10 ਦਿਨ ਰਿਆਜ਼ ਕਰਾਇਆ ਵੀ ਟੇਪ ਜੋਗਾ ਹੋ ਜੂ ਲੇਕਿਨ ਟਾਈਮ ਲੱਗ ਗਿਆ ਨਵਾਂ ਮੈਟਰ ਚਲੋ ਉਹ ਗੱਲ ਵੀ ਕੁਛ ਮੈਂ ਤਾਂ ਸਮਝਿਆ ਸ਼ਾਇਦ ਵੀ ਠੀਕ ਹੀ ਸੀ ਪੰਜਾਬੀਆਂ ਨੇ ਉਹਨੂੰ ਪਿਆਰ ਦਿੱਤਾ
वो काफ़ी 6 महीने ही लग गए टेप स्टूडियो जाना गला ना लगना मोड़ आना 6 महीने लग गए जी। जिस दिन फुल्लां वाली रजाई रिलीज़ हुई उस वेले इन्हां नूं 1.5 महीने दियां छुट्टियां सी। उहदे च माता ने कहा 1.5 महीने च पुत टेप करा ली, पर 1.5 महीना छुट्टियां च ऐसे आए रियाज किया टेप आई। टेप ने जिहड़ा है वह वर्ल्ड लैवल पर गरीबां नूं स्रोतियां दे चरणां च जगह मिल गई। हुण वह जिहड़ी जगह मिली सी ना वो कल्ले नूं नहीं मिली, वो दोवां नूं मिली। फिर उदों बाद कल्ले कल्ले दा वैल्यू नहीं सी हैगी, उहदा करके परमात्मा ने जिंदगी दा बंधन बन दिता ते अज तुहाडे कदमां च आ जी। ते बाकी गल है वी उदों दा ही सारे तुहानूं ते सगों पता है अज तों 24 साल पहलों इन्ना ही नां सी अपना, इस तों ज़्यादा प्यार मिलिया सी। हिट ते मैं कहिंदा नहीं ना, मेरी इन्नी औकात नहीं हैगी मैं अपने आप नूं हिट कहां, वह प्यार इस तों ज़्यादा मिलिया सी। वह चलदा आउंदा जी, जिस तरह किसे वेले बंदा बीमार हुंदा ते बिजनेस वाला कोई 4 दिन दुकान बंद भी करदा, 4 दिन मंजे ते भी पैंदा, एक्सीडेंट होए 3-4 वारी मेजर एक्सीडेंट होए, कदे काम 10 दिन रुकना भी आ, कदे 6 महीने, कदी वधना भी 80 दिन, कदी वो टाइम चलता गया जी। स्रोतियां दा प्यार मिलता गया, फुल्लां वाली रजाई तो लैके छिंदो दी हट्टी तक, तो उस तो बाद सागर दी वोटी तक जी। कोई 150 एल्बम दे नाल 1500-1600 गीतां गाणियां दे नाल पंजाबियां दी सेवा कीती। पंजाबियां ने मेरी गरीब दी बाँह हुण तक घुट के फड़ी आ। इंस्टा का मैनू नहीं पता की होंगे, यदा मैं चज ना हूँ भी ना नहीं लैना आता। नैट का मैनू आ साल हो गया, इन्होंने परिवार ने स्टाफ ने बच्चों ने लड़ घोल के मैनू वो वड्डा फोन जिहड़ा चलाना सिखाया थोड़ा बहुत, नहीं तो मैं वो दूजा फोन बटना वाला चला थोड़ी जी देर तो चलाने पर मैनू इन्ना नहीं सी पता। अपने गाउण च अपने लिखण च बस वो रुझे रही जी। वो शायद वो मैनू जाच ना होने करके जिमें हूँ शिकायत आई ने सारे वर्ल्ड चो शिकायत आई ने भी ताडा वो नहीं लभदा की हों अकाउंट के पता नहीं की कही भी वो है नहीं गया नैट से मैं जाच ही नहीं हो। चलो नहीं, पर जो टैणा साहब ने पहला गल कही मैं उही दोहरा भी एक वेला बीते वेले की गल कर रहे हो, लोग जानते लोगों च ना सी, पर अज का दौर कुछ होर है, अज फिर भी ना गवाच गया सी, अज की पीढ़ी वो ना नहीं सी जानती, पर इस गीत ने मतलब उस वेले सोचा सी भी ये गीत दोबारा तो थानू पैरां सिर एक बार करूगा या दोबारा तो मशहूरी दवा दूगा जी। बेटा ये बड़ी वड्डी गल आ बेटा, मैनू इन्ना पता सी भी जिन्ना चिर मेरे साह हैगे आ उन्ना चिर परमात्मा जां मेरे स्रोते ते जां मैनू अपने माड़ा चंगा मेरे गुण ते मैनू इन्ना पता सी। जिवें फुल्लां वाली रजाई तो पहलों मेरे दोस्त मित्र मैनू पुछदे हुंदे सी गाने लिख लैना दूर दूर तक सिंगरां मगर कंपनियां मगर तुरिया फिरदा की हो जूगा, ते मैं बिल्कुल सच्ची गल आ जी वो लोग गवाह ने, पता नहीं किन्ने सैकड़े लोग मैं हिक ते हत्थ मार के कहना अपने दोस्तों नूं भी सर मैं अज भी वीरे मैं अज भी स्टार हाँ मैं कल भी स्टार हाँ, एक गुण दिता रब ने मैनू कलम दिती है, मैनू रब ने ना पुत कलम बड़ी वड्डी दिती है, बहुत डूंघा लिख लैना मैं, वो किसे दिन आपां वो वाला मैटर करांगे तुहाडे नाल। ये हल्का फुल्का ये पंजाब दे खुशियां दे वेले जिहड़े ने मेले विआह ये उत्थे इहदे ना रौनक मेला जिहा, ये पंजाबी संगीत दा 90-95% हिस्सा जिहड़ा ना पंजाबी संगीत दा पंजाबी ड्यूट आ, ज़्यादा पंजाबी ड्यूट आ, मेलियां च ड्यूट विआहां च ड्यूट, उहदा करके मैं ड्यूट नूं चुणिया। सब तो पहला कंपनी सी अमेरिका तो कंपनी सी मान आर्ट प्रोडक्शन, वो मैनू घरों चुक के लै गए बेटा, मैं घरों स्टार बन के गया, मैं स्टेजां दे पिछे खलो के ते वो गाना गाउण दा टाइम नहीं मंगणा पिया मैनू, मैं घरों स्टार बन के गया, कंपनी ने मेरा मैटर सुनिया गाना सुनिया चुक के लै गए पैसे दे के घरों चुक के लै गए। वो फिर पुत इन्ना तो मैनू पता ही सीगा भी मैं जिन्ना चिर जीना मेरी बाँह नहीं रब ने छड़नी स्रोतिया ने नहीं छड़नी, पर हाँ चलो मान लो इंडिका का नाँ पता होगा, पर मैं ये तो पता सी अपने जो मैं लिखता करदा जां होर बड़ा कुछ पिया आ वो हुण आपां करांगे कर रहे हैं। पर जदों कोई भी बंदा पहला गीत गाउंदा जिहड़ा हिट हो जाए जी सर, उस तो बाद उम्र दीआं पौड़ियां चढ़दा जी। मान लो मैं अज कोई भी गल इत्थे बैठ के करदा जी सर, वो मैं सारी उम्र इसे पड़ा ते थोड़ी खड़े रहना जी सर, मैं कदे 50 साल का भी होना शायद हो जा कहण दा भाव, कदे 70 का भी होऊंगा, मैनू अपने कीतियां होईयां गल्लां दे उत्ते गलती का एहसास होगा भी यार उदों मैं आ गल गलत कर बैठा, बिल्कुल बिल्कुल उहनूं एहसास हुंदा भी फुल्लां वाली रजाई लै ला रंग ओहदा दस के ते भाई रजाई मैं इहो जी लई होगी तू इधर भी आ जाई तेरा बापू बड़ा ऐ बैठा होगा, रात दे नेरे दे विच कीते जाण वाले कोई कर्मां दा जिक्र तुसीं कीता हैगा तुहानूं इस गल ते थोड़ी जी शर्मिंदगी हुंदी कि नहीं कदे? बिल्कुल कदी नहीं जी, क्योंकि ओह पंजाबियां ने सुणिया, मेरे घर कल्ले मेरे 5-4 जीआं ने नहीं सुणिया, ओह पंजाबियां ने सुणिया, ओह पंजाबियां ने कंपनी नूं फर्श तों चुक के अरश ते पहुंचाता, ओह ना गलती कंपनी वालियां दी आ ना कल्ली मेरी आ, ओह करोड़ां पंजाबियां दी पूरे वर्ल्ड च जिहड़े बैठे आ जिहड़ियां धीआं भैणां ने
ਉਹ ਘੱਟ ਤੋਂ ਘੱਟ ਮੈਂ ਤਾਂ ਪੂਰਾ ਪੰਜਾਬ ਹੀ ਕਹੂੰਗਾ, ਲੇਕਿਨ ਥੋੜ੍ਹਾ ਜਿਹਾ ਦੁਆਬਾ ਛੱਡ ਕੇ ਜਿਉਂ ਪਠਾਨਕੋਟ ਤੋਂ ਤੁਰੀਏ ਅਤੇ ਜੰਮੂ ਸਾਰਾ ਹੀ, ਪਠਾਨਕੋਟ ਤੋਂ ਤੁਰੋ ਨਾਲ ਨਾਲ ਅੰਮ੍ਰਿਤਸਰ ਗੁਰਦਾਸਪੁਰ ਟੋਟਲ ਅੱਗੇ ਅਬੋਹਰ ਤੱਕ ਚਲ ਜਾਓ, ਰਾਜਸਥਾਨ ਚਲ ਜਾਓ। ਜਿਹੜੀਆਂ ਧੀਆਂ ਭੈਣਾਂ ਬੀਬੀਆਂ ਭੈਣਾਂ ਜਿਵੇਂ ਉਹ ਭਾਂਡੇ ਸ਼ਿੰਗਾਰ ਸ਼ਿੰਗਾਰ ਕੇ ਲਾਉਂਦੀਆਂ ਨੇ ਨਾ ਗਲਾਸ, ਸਾਡੇ ਪਿੰਡਾਂ ਵਾਲਾ ਕਲਚਰ ਕੱਚੇ ਕੋਠਿਆਂ 'ਚ, ਮੈਂ ਕੱਚੇ ਕੋਠੇ 'ਚ ਪੈਦਾ ਹੋਇਆ, ਕੱਚੇ ਕੋਠੇ ਪਰ ਛੱਤੀਆਂ ਉਹ ਫੱਟਿਆਂ ਦੇ ਉੱਤੇ, ਇੱਦਾਂ ਮੇਰੀਆਂ ਗਰੀਬ ਦੀਆਂ ਟੇਪਾਂ ਕੈਸਟਾਂ ਰੈਪਰ ਮੜਾ ਮੜਾ ਕੇ ਜੜਾ ਜੜਾ ਕੇ ਧੀਆਂ ਭੈਣਾਂ ਨੇ ਲਾਏ, ਔਰ ਛੱਜ ਵਜਾ ਵਜਾ ਕੇ ਧੀਆਂ ਭੈਣਾਂ ਗਾਉਂਦੀਆਂ। ਉਹ ਮਿਲ ਗਿਆ ਜੀ, ਦੇਖੋ ਤੁਹਾਡੀ ਇਹ ਕੈਸਟ ਮਸ਼ਹੂਰ ਹੋਈ ਜੀ ਸਰ, ਕਈ ਹੋਰ ਵੀ ਕਲਾਕਾਰਾਂ ਨੇ ਕਈ ਗਾਣੇ ਮਸ਼ਹੂਰ ਹੋਏ ਜੀ ਸਰ, ਪਰ ਮੇਰੇ ਕਹਿਣ ਦਾ ਭਾਵ ਇਹ ਆ ਕਿ ਜਿਵੇਂ ਜਿਵੇਂ ਤੁਸੀਂ ਉਮਰ ਦੀਆਂ ਪੌੜੀਆਂ ਚੜ੍ਹਦੇ, ਤੁਹਾਨੂੰ ਇਹ ਲੱਗਦਾ ਵੀ ਯਾਰ ਮੈਂ ਗੱਲ ਲੀਹੋਂ ਲੱਥੀ ਪੇਸ਼ ਕੀਤੀ ਆ, ਆਪਣੇ ਆਪ ਨੂੰ ਤਾਂ ਅਹਿਸਾਸ ਹੁੰਦਾ ਨਾ ਗੱਲ ਕਰਕੇ ਵੀ, ਜਦੋਂ ਅੱਜ ਤੋਂ ਤੁਸੀਂ 20 ਸਾਲ ਬਾਅਦ ਤੁਹਾਨੂੰ ਇਹ ਨਾ ਲੱਗੂਗਾ ਵੀ ਭਾਈ ਮੈਂ ਉਦੋਂ ਇੱਕ ਵੇਲੇ ਗੀਤ ਗਾਇਆ ਸੀਗਾ ਵੀ ਭਾਈ ਯਾਰ ਤੇਰਾ ਠਰ ਗਿਆ ਠੰਡ ਦੇ ਵਿੱਚ ਤੇ ਤੂੰ ਰਜਾਈ ਦੇ ਵਿੱਚ ਸੁੱਤੀ ਰਹੀ ਆ, ਵੀ ਭਾਈ ਤੇਰਾ ਵਿਆਹ ਹੋਣ ਵਾਲਾ ਮੈਨੂੰ ਹਿੱਕ ਦੇ ਨਾਲ ਘੁੱਟ ਘੁੱਟ ਕੇ ਲਾ ਲਾ, ਤੁਸੀਂ ਇਹੋ ਜਿਹੇ ਗੀਤ ਗਾਏ ਆ, ਉਹ ਲੀਹੋਂ ਨੱਥੇ ਤਾਂ ਹੈਗੇ ਆ? ਨਹੀਂ ਇਹ ਬਿਲਕੁਲ ਨਹੀਂ ਜੀ, ਇਹ ਆਪਾਂ ਜਦੋਂ ਕਰਦੇ ਹਾਂ ਨਾ ਉਹ ਇਸ ਚੀਜ਼ ਦਾ, ਕੁਝ ਲੋਕ ਉਹ ਅਰਥ ਉਹ ਜ਼ਿਆਦਾ ਘਰੋੜ ਘਰੋੜ ਕੇ ਕੱਢਦੇ ਆ, ਉਹਨਾਂ ਨੂੰ ਤੁਸੀਂ ਪੁੱਛੋ ਜਿਹੜੇ ਅੱਧੀ ਰਾਤ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਅਤੇ ਸਾਡੇ ਵਰਗੇ ਅੰਦਰ ਏਸੀ ਲਾ ਕੇ ਜਾਂ ਹੀਟਰ ਲਾ ਕੇ ਸੁੱਤੇ ਹੁੰਦੇ ਆ, ਜਿਹੜੇ ਲੋਕ ਸਾਡੇ ਲਈ ਅੰਨ ਪੈਦਾ ਕਰ ਰਹੇ ਹੁੰਦੇ ਆ ਨਾ, ਉਹਨਾਂ ਨੂੰ ਪੁੱਛ ਕੇ ਵੇਖੋ ਇਹਦਾ ਗਲਤ ਮਤਲਬ ਨਿਕਲਦਾ? ਉਹਦੇ ਨਹੀਂ ਜੀ, ਮੈਂ ਤਾਂ ਸਾਰੀ ਰਾਤ ਮੈਂ ਤਾਂ ਕਦੀ ਨਾ ਮੈਂ ਕੱਢਿਆ ਨਾ ਮੈਨੂੰ ਸਾਗਰ ਸਾਹਿਬ, ਉਹ ਕਣਕ ਨੂੰ ਪਾਣੀ ਲਾਉਣ ਗਏ ਆ, ਉਹ ਸਹੇਲੀ ਦੀ ਰਜਾਈ 'ਚ ਥੋੜ੍ਹੀ ਵੜਨ ਗਏ ਆ? ਸਰ ਪਸੰਦ ਉਹਨਾਂ ਕੀਤੇ ਆ, ਮੈਂ ਨਹੀਂ ਕੀਤੇ, ਨਾ ਮੈਂ ਪਸੰਦ ਉਹਨਾਂ ਕੀਤੇ ਆ। ਧੀਆਂ ਭੈਣਾਂ ਗਾਣਾ ਗਾਉਂਦੀਆਂ, ਧੀਆਂ ਭੈਣਾਂ ਉਹ ਵਿਆਹਾਂ 'ਚ ਜਦੋਂ ਨੱਚਦੀਆਂ ਨੇ ਉਦੋਂ ਉਹ ਬੋਲੀਆਂ ਪਾਉਂਦੀਆਂ, ਅਤੇ ਲਾਗੇ ਉਹ ਬੋਲੀਆਂ ਨਾ ਥੋੜ੍ਹੀਆਂ ਜਿਹੀਆਂ ਖੁਲਾਸੀਆਂ ਜਿਹੀਆਂ ਪਾਉਂਦੀਆਂ ਨੇ, ਆਹ ਕੁੱਕੜ ਆਵੇ ਮੇਰੇ ਖੁੱਡੇ ਵਿੱਚ ਵੜ, ਆਹ ਕੁੱਕੜ ਆਵੇ, ਅਤੇ ਮੁੜ ਕੇ ਅਗਲਾ ਉਹ ਅਗਲੀ ਬੋਲੀ ਪਾਉਂਦੀਆਂ। ਸੋਰੀ ਸਰ, ਜਿੱਦਾਂ ਤੁਸੀਂ ਦੱਸਿਆ ਉੱਦਾਂ ਮੈਂ ਦੱਸਾਂ, ਉਹ ਅਗਲੀ ਬੋਲੀ ਪਾਉਂਦੀਆਂ ਨੇ ਵੀ ਅਸੀਂ ਖਲੋਤੇ ਹੁੰਦੇ ਹਾਂ, ਅਗਲੀ ਬੋਲੀ ਪਾਉਂਦੀਆਂ ਨੇ ਤੀਰ 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 ਭੈਣਾਂ ਖੇਡਦੀਆਂ ਸ਼ਰਮਿੰਦੇ ਵੇਖਣ ਵੀ। ਉਹ ਇੱਕ ਉਹ ਸੀਗੀ ਟੇਪ, ਹਿੰਦੁਸਤਾਨ ਦਾ, ਪੰਜਾਬ ਨੂੰ ਛੱਡੋ ਇੰਡੀਆ ਦਾ ਕਲਚਰ, ਇੱਕ ਟੇਪ ਸੀਗੀ ਉਹ ਪਤਾ ਨਹੀਂ ਫਿਲਮ ਸੀਗੀ, ਉਹਦੇ ਵਿੱਚ ਗਾਣਾ ਸੀ ਦੀਦੀ ਤੇਰਾ ਅਤੇ ਸ਼ਾਇਦ ਦੀਵਾਨਾ, ਉਹ ਵਾਲੀ, ਉਹਦੇ ਵਿੱਚ ਉਹ ਭੈਣਾਂ ਜਦੋਂ ਖੇਡਦੀਆਂ ਨੇ ਉਹ ਆਪਣੇ ਆਪ ਨੂੰ ਇੱਕ ਧੀ ਭੈਣ ਉਹ ਪ੍ਰੈਗਨੈਂਟ ਸ਼ੋਅ ਕਰਦੀ ਆ, ਜਿਸ ਤਰ੍ਹਾਂ ਤੁਸੀਂ ਕਿਹਾ ਮਨਾਉਣਾ ਉਸ ਤਰ੍ਹਾਂ ਕਰੂੰਗਾ, ਉਹ ਕੱਪੜੇ ਕੁਪੜੇ ਜਿਹੇ ਢਿੱਡ 'ਚ ਲਗਾ ਕੇ, ਉਹ ਕਲਚਰ ਆ ਜੀ ਸਾਡਾ, ਇਹ ਸਿਰਫ ਅਸੀਂ ਦੂਜੇ ਨੂੰ ਕਹਿੰਦੇ ਹਾਂ। ਜਦੋਂ ਇੱਕ ਮੇਰੀ ਮਾਂ ਪੰਜਾਬੀ ਸਿੰਗਰ, ਇੱਕ ਮੇਰਾ ਪਿਓ ਪੰਜਾਬੀ ਸਿੰਗਰ, ਜਦੋਂ ਉਹਨਾਂ ਦਾ ਟਾਈਮ ਸੀ, ਜਦੋਂ ਉਹਨਾਂ ਦਾ ਵੇਲਾ ਸੀ ਜਵਾਨੀ, ਉਦੋਂ ਗਾ ਲਿਆ ਮਰ ਜਾਣੇ ਉਹ ਪਾਲੋ ਕਿੱਕਰਾਂ ਨੂੰ ਜੱਫੀਆਂ ਛੜਿਓ, ਜਦੋਂ ਟਾਈਮ ਲੰਘ ਗਿਆ ਸਾਡਾ ਟਾਈਮ ਆਇਆ ਬੱਚਿਆਂ ਦਾ, ਉਦੋਂ ਕਿਹਾ ਜੀ ਤੁਸੀਂ ਰਜਾਈਆਂ ਕਿਉਂ ਗਾਉਂਦੇ ਹੋ, ਤੁਸੀਂ ਦਾਗ ਲਾਉਂਦੇ ਹੋ ਭੈਣਾਂ, ਜਦੋਂ ਤੂੰ ਜੰਗ ਏਜ ਸੀ। ਇਸ ਕਰਕੇ ਸਰ ਉਹ ਚੱਲਦਾ, ਉਹ ਰਹਿੰਦੀ ਦੁਨੀਆ। ਸੌਰੀ ਸਰ, ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਜੀ ਸਰ, ਕਿ ਲੰਘੇ ਵੇਲੇ ਦੇ ਵਿੱਚ ਇਕੱਲੇ ਤੁਸੀਂ ਨਹੀਂ, ਹਾਂਜੀ ਸਰ, ਬਹੁਤ ਸਾਰੇ ਹੋਰ ਕਲਾਕਾਰਾਂ ਨੇ ਵੀ ਕੁਝ ਕੁ ਇਹੋ ਜਿਹਾ ਗਾਇਆ ਜਿਨ੍ਹਾਂ ਨੂੰ ਅੱਜ ਚੇਤੇ ਨਹੀਂ ਰੱਖਿਆ ਜਾ ਰਿਹਾ ਜੀ ਸਰ। ਤੁਹਾਨੂੰ ਜੇਕਰ ਅੱਜ ਲੋਕਾਂ ਨੇ ਇੱਕਦਮ ਚੇਤੇ ਕੀਤਾ ਤਾਂ ਉਹ ਵੀ ਇੱਕ ਚੰਗੇ ਗੀਤ ਦੇ ਕਰਕੇ ਆ ਜੀ ਸਰ। ਤੁਸੀਂ ਜੇਕਰ ਇੰਡਿਕਾ ਦੀ ਗੱਲ ਕੀਤੀ ਆ, ਸਾਗਰ ਦੀ ਵੋਟੀ ਲੈਂਦੀ ਇੰਡਿਕਾ ਚਲਾ, ਉਹਦੇ ਵਿੱਚ ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਨੂੰ ਸਮਝਾਉਣ ਦੀ ਗੱਲ ਕੀਤੀ ਆ, ਮਤਲਬ ਚੰਗਾ ਗੀਤ ਜਿਉਂਦਾ ਰਹਿੰਦਾ, ਉਹ ਗੀਤ ਫਿਰ ਸਾਹਮਣੇ ਆ ਜਾਂਦਾ, ਜਦਕਿ ਲੀਹੋਂ ਰੱਥਾ ਨਹੀਂ ਆਉਂਦਾ। ਬਿਲਕੁਲ 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 ਸਰ, ਜਿਵੇਂ ਕਿ ਆਹ ਜਿਹੜਾ ਤੁਸੀਂ ਦੱਸਿਆ ਵੀ ਟ੍ਰੈਫਿਕ ਦੇ ਰੂਲ ਸਮਝਾਏ ਆ, ਇਸੇ ਤਰ੍ਹਾਂ ਜਿਵੇਂ ਉਹ ਸਵਾ ਕਿੱਲਾ ਨਹੀਂ ਸ਼ਰੀਕਾਂ ਥੱਲੇ ਛੱਡਣਾ, 20 ਸਾਲ ਚੰਗੇ ਕੱਟਣੇ ਸਵਾ ਕਿੱਲਾ ਨਹੀਂ, ਉਹ ਪਿਓਰ ਕਲਚਰ ਹੈ ਕਿਸਾਨਾਂ ਦਾ, ਸਾਡੇ ਜੱਟ ਸਰਦਾਰਾਂ ਦਾ, ਜ਼ਮੀਨ ਮਤਲਬ ਜ਼ਮੀਨ ਭਾਂਡੇ ਵਾਲਿਆਂ ਦਾ, ਜੱਟ ਜਿਹੜੀ ਆ ਉਹ ਆਪਣਾ ਜ਼ਮੀਨ ਜਿਹੜੀ ਉਹ ਜੱਟ ਦੀ ਮਾਂ ਆ, ਪਿਓਰ ਕਲਚਰ ਆ, ਉਹਨੂੰ ਸੁਣ ਕੇ ਵੇਖਿਓ ਬਹੁਤ ਕੁਝ। ਉਹਦੇ ਵਿੱਚ ਮਜ਼ਾਕ ਵੀ ਕਰਨਾ ਪਿਆ ਜੀ, ਮੈਂ ਉਹਨੂੰ ਸਮਝਦਾ ਕਿ ਉਹ ਮਜ਼ਾਕ ਆ, ਲੰਘੀ ਵੇ ਗਵਾਂਢੀਆਂ ਦੀ ਕੁੱਤੀ ਕੋਲ। ਹੁਣ ਆਪਾਂ ਉਹਦੇ ਵਿੱਚ ਇੱਕ ਗਾਣਾ ਗਾਇਆ, ਚਲੋ ਮੈਨੂੰ ਇਹ ਤਾਂ ਨਹੀਂ ਪਤਾ ਤੁਹਾਡੇ ਕੋਲ ਟਾਈਮ ਬੜਾ ਥੋੜ੍ਹਾ ਹੋਣਾ, ਉਹਦੇ ਵਿੱਚ ਇੱਕ ਗਾਣਾ ਗਾਇਆ, ਵੱਡੀ ਭਾਬੀ ਨੂੰ ਮਜ਼ਾਕ ਕੀਤਾ, ਵੱਡੀ ਭਾਬੀ ਨੂੰ ਮਜ਼ਾਕ ਕੀਤਾ ਵੀ ਦਿਓਰ ਨੂੰ ਭਾਬੀ ਸਾਰੇ ਵਿਆਹੇ ਗਏ ਮੇਰੇ ਸਾਥੀ, ਮੈਨੂੰ ਵੀ ਹੈ ਨਾ ਵਿਆਹ, ਵੀ ਅੱਸੂ ਦੇ ਨਰਾਤਿਆਂ ਨੂੰ ਖਿੱਚਦੇ ਨਹੀਂ ਕੰਡਾ, ਮਜ਼ਾਕ ਕੀਤਾ, ਜਿੱਦਾਂ ਦਾ ਤੁਸੀਂ ਮਜ਼ਾਕ ਕਹਿ ਰਹੇ ਹੋ ਉਸ ਤੋਂ ਵੀ ਜ਼ਿਆਦਾ ਹੀ ਸ਼ਾਇਦ ਕੌੜਾ ਕੀਤਾ, ਮਾੜਾ ਜਾਂ ਕੌੜਾ ਜਾਂ ਜੋ ਵੀ ਕੀਤਾ। ਉਹਦੇ ਅੱਗੇ ਭਾਬੀ ਨੂੰ ਕੀ ਕਿਹਾ ਵੀ ਜੇ ਰਿਸ਼ਤਾ ਕਰਾਏਗੀ ਤਾਂ ਮੈਂ ਤੈਨੂੰ ਕੀ ਕਰੂੰਗਾ, ਸੋਨੇ ਦੀਆਂ ਵੰਗਾਂ, 5 ਡਿਸਕੋ ਦੇ ਸੂਟ, ਕੰਨੀ ਵਾਲੀਆਂ ਕਢਾ ਦੂੰ, ਮੱਥੇ ਵਾਲਾ ਟਿੱਕਾ ਭਾਬੀ, ਨੱਕ ਵਾਲੀ ਨੱਥ ਸਾਰੀ ਸੋਨੇ 'ਚ ਜੜਾ ਦੂੰ, ਬੁੱਤੀਆਂ ਕਰੂੰਗਾ, ਤੇਰਾ ਪਾਣੀ ਵੀ ਭਰੂੰਗਾ, ਰੱਖੂੰ ਬੇਬੇ ਨਾਲੋਂ ਵੱਧ ਕੇ ਖਿਆਲ ਭਾਬੀਏ। ਵੱਡੀ ਭਾਬੀ ਨੂੰ ਉਹਨਾਂ ਸ਼ਰਾਰਤਾਂ 'ਚ ਵੀ ਮਾਂ ਦਾ ਦਰਜਾ ਦਿੱਤਾ, ਉਹਨਾਂ 'ਚ ਸਾਲੀ ਨੂੰ ਧੀ ਦਾ ਰਿਸ਼ਤਾ ਦਿੱਤਾ, ਉਹਨਾਂ ਵਿੱਚ ਛੋਟੀ ਭਰਜਾਈ ਨੂੰ ਧੀਆਂ ਦਾ, ਉਹਦੇ ਵਿੱਚ ਕਿਤੇ ਵੀ ਨਹੀਂ ਛੋਟੀ ਭਰਜਾਈ ਨੂੰ ਕਿਹਾ ਵੀ ਤੂੰ ਮੇਰੇ ਲਾਗੇ ਆਣ ਕੇ ਬਹਿ ਜਾ, ਕਿਤੇ ਸੁਣ ਕੇ ਵੇਖਿਓ ਬਾਈ ਜੀ। ਪਰ ਗੱਲ ਇਹ ਹੈ, ਦੇਖੋ ਗੱਲ ਇਹ ਹੈ, ਦੁਨੀਆ 'ਚ ਬਹੁਤ ਕੁਝ ਨੈਤਿਕ ਅਨੈਤਿਕ ਚੱਲਦਾ, ਬਿਲਕੁਲ ਬਿਲਕੁਲ, ਦੁਨੀਆ 'ਚ ਬਹੁਤ ਤਰ੍ਹਾਂ ਦੇ ਲੋਕ ਨੇ, ਕਿਸੇ ਦੀ ਸੋਚ ਕਿਸੇ ਤਰ੍ਹਾਂ ਦੀ ਹੈ, ਕਿਸੇ ਦੀ ਸੋਚ ਕਿਸੇ ਤਰ੍ਹਾਂ ਦੀ ਹੈ, ਪਰ
ਜਦੋਂ ਹੁਣ ਮੈਂ ਵੀ ਹਾਂ, ਮੈਂ ਵੀ ਬਚਪਨ 'ਚ ਹੋ ਸਕਦਾ ਬਹੁਤ ਗਲਤੀਆਂ ਕੀਤੀਆਂ ਹੁਣ, ਪਰ ਜਿਵੇਂ ਜਿਵੇਂ ਇਨਸਾਨ ਅੱਗੇ ਵੱਧਦਾ ਤਿਵੇਂ ਤਿਵੇਂ ਉਹ ਚੇਤੇ ਕਰਕੇ ਬੰਦੇ ਨੂੰ ਇਹ ਲੱਗਦਾ ਵੀ ਨਹੀਂ ਮੈਂ ਉੱਥੇ ਗਲਤ ਸੀ, ਮੈਨੂੰ ਉਹ ਨਹੀਂ ਸੀ ਕਰਨਾ ਚਾਹੀਦਾ ਹੈ ਨਾ। ਤੁਸੀਂ ਹਮੇਸ਼ਾ ਬੰਦਾ ਉਹ ਉਹਦੇ ਵਿੱਚੋਂ ਸਵੈ ਪੜਚੋਲ ਕਰਦਾ ਰਹਿੰਦਾ ਵੀ ਮੈਨੂੰ ਆਹ ਨਹੀਂ ਸੀ ਕਰਨਾ ਚਾਹੀਦਾ ਤੇ ਆਹ ਕੰਮ ਮੈਂ ਬਹੁਤ ਵਧੀਆ ਕੀਤਾ, ਵੀ ਉਦੋਂ ਸੋਝੀ ਨਹੀਂ ਸੀ ਪਰ ਹੁਣ ਜਦੋਂ ਸੋਚਦੀ ਹਾਂ ਤੇ ਮੈਂ ਆਹ ਕੰਮ ਬਹੁਤ ਵਧੀਆ ਕੀਤਾ ਹੈ ਨਾ। ਸਾਡੇ ਪੁੱਛਣ ਦਾ ਭਾਵ ਇਹ ਹੈ ਕਿ ਤੁਹਾਨੂੰ ਆਪਣੇ ਆਪ ਨੂੰ ਲੋਕਾਂ ਨੇ ਪਿਆਰ ਦਿੱਤਾ, ਲੋਕਾਂ ਨੇ ਸੁਣਿਆ, ਲੋਕਾਂ ਨੇ ਉਹ ਕੀਤਾ, ਉਹ ਗੱਲ ਇੱਕ ਵੱਖਰੀ ਹੈ, ਪਰ ਬੰਦੇ ਨੂੰ ਆਪਣੇ ਆਪ ਨੂੰ ਤਾਂ ਅਹਿਸਾਸ ਹੁੰਦਾ ਨਾ। ਅਸੀਂ ਇਹ ਪੁੱਛ ਰਹੇ ਕਿ ਤੁਹਾਨੂੰ ਕਦੇ ਇਹ ਮਹਿਸੂਸ ਹੁੰਦਾ ਵੀ ਉਹ ਮੈਨੂੰ ਨਹੀਂ ਸੀ ਕਰਨਾ ਚਾਹੀਦਾ, ਸਰਦਾ ਸੀ ਇਦਾਂ। ਅਗਰ ਪੁੱਤ ਅਗਰ ਮੈਂ ਸੋਚੂਗਾ ਨਾ ਕਿ ਮੈਨੂੰ ਨਹੀਂ ਕਰਨਾ ਚਾਹੀਦਾ, ਫਿਰ ਇੱਕੋ ਹੀ ਮੈਂ ਅਰਦਾਸ ਕਰੂੰਗਾ ਆਪਣੇ ਵਾਸਤੇ, ਦੂਜਿਆਂ ਲਈ ਨਹੀਂ, ਮੈਂ ਵੱਧ ਵੱਧ ਥੋੜ੍ਹੀ ਦਊਂਗਾ ਆਪਣੇ ਆਪ ਲਈ ਵੀ, ਹੇ ਪਰਮਾਤਮਾ ਉਹ ਉਮਰ ਮੇਰੇ 'ਤੇ ਨਾ ਆਉਂਦੀ ਜੰਗੇਜ, ਅਤੇ ਮੈਂ ਜੰਗੇਜ ਵਾਲੇ ਗਾਣੇ ਉਹਨਾਂ ਦੇ ਨਾਂ ਗਾਉਂਦਾ, ਮੇਰੇ 'ਤੇ ਆ ਸਿਆਣੀ ਉਮਰ ਹੁੰਦੀ ਅਤੇ ਹੁਣ ਮੈਂ ਜੋ ਅੱਗੇ ਲਿਖਿਆ ਜੋ ਗਾਇਆ ਉਹ, ਜੇ ਤੁਹਾਡੇ ਕੋਲ ਟਾਈਮ ਹੈਗਾ ਜ਼ਰੂਰ, ਅੱਗੋਂ ਜੋ ਮੈਂ ਲਿਖਿਆ ਜੀ ਸਾਰਾ ਪੰਜਾਬ, ਮਤਲਬ ਹੁਣ ਵਨਗੀਆਂ 'ਤੇ ਇੱਕ ਜਾਂ ਦੋ ਨਿੱਕੀਆਂ ਨਿੱਕੀਆਂ ਹੀ ਕੰਮ 'ਚ ਦਿੱਤੀਆਂ ਜਾਣੀਆਂ ਨਾ, ਹੁਣ ਇੰਨਾ ਟਾਈਮ 'ਤੇ ਹੋਊਗਾ ਵੀ ਨਹੀਂ। ਹੁਣ ਜਿਵੇਂ ਅੱਜ ਸਾਰਾ ਪੰਜਾਬ, ਸਾਰਾ ਸਿੱਖ ਜਗਤ ਔਰ ਸਮੁੱਚੀ ਮਨੁੱਖਤਾ, ਜਿਹਦੇ ਵਿੱਚ ਮਨੁੱਖਤਾ ਹੈਗੀ ਨਾ ਕਿਸੇ ਇਨਸਾਨ 'ਚ, ਜਿਹਦੇ ਮੇਰੇ ਵਰਗੇ 'ਚ ਹੈਗੀ ਨਹੀਂ ਉਹਦੇ 'ਤੇ ਕੋਈ ਮੈਂ ਨਹੀਂ ਨਾ ਗਰੰਟੀ, ਅਗਰ ਜਿਹਦੇ 'ਚ ਮਨੁੱਖਤਾ ਉਹ ਬੰਦਾ ਇੱਕੋ ਹੀ ਗੱਲ ਕਹਿ ਰਿਹਾ ਵੀ ਚਲੋ ਬੰਦੀ ਸਿੰਘਾਂ ਨੂੰ ਅਤੇ ਸਿੱਖ ਕਹਿ ਰਹੇ ਨੇ, ਇਕੱਲੇ ਉਹ ਇਕੱਲੇ ਸਿੱਖ ਕਹਿ ਰਹੇ ਨੇ ਬੰਦੀ ਸਿੰਘਾਂ ਨੂੰ, ਅਤੇ ਬਾਕੀ ਸਾਰੀ ਦੁਨੀਆ ਹਿੰਦੂ ਤਬਕਾ, ਕ੍ਰਿਸਚਨ ਤਬਕਾ, ਯਾਨੀ ਆਲ ਮਾਨਵਤਾ, ਸਮੁੱਚੀ ਮਾਨਵ, ਉਹ ਇਹ ਕਹਿੰਦੇ ਆ, ਹਿੰਦੁਸਤਾਨ ਦੇ ਰਾਸ਼ਟਰਪਤੀ ਨੇ ਕਹਿਤਾ, ਉਹਨਾਂ ਨੇ ਕਹਿਤਾ। ਮੈਂ ਜੇਲ੍ਹਾਂ 'ਚ ਜਾ ਕੇ ਵੇਖਿਆ ਜਿਨ੍ਹਾਂ ਲੋਕਾਂ ਦੀਆਂ 10-10 ਸਾਲ ਪਹਿਲਾਂ 15-15 ਸਜ਼ਾਵਾਂ ਖਤਮ ਹੋ ਗਈਆਂ, ਉਹ ਕਿਉਂ ਬੈਠੇ ਨੇ ਉੱਥੇ? ਉਹਦੇ ਬਾਰੇ ਜੀ ਮੈਂ ਗਰੀਬ ਨੇ ਜ਼ਿਆਦਾ ਗੱਲਾਂ ਨਾ ਕਰਦਾ, ਉਹਦੇ ਬਾਰੇ ਮੈਂ ਗਰੀਬ ਨੇ ਲਿਖਿਆ ਜੀ ਬੰਦੀ ਸਿੰਘਾਂ ਵੱਲੋਂ, ਅਤੇ ਬੰਦੀ ਸਿੰਘਾਂ ਦੇ ਨਾਲ ਉਹ ਲੋਕ ਜਿਨ੍ਹਾਂ ਨੇ ਕਤਲ ਕੀਤਾ ਨਹੀਂ ਪਰ ਪੈਸੇ ਦੇ ਜ਼ੋਰ 'ਤੇ ਉਹਨਾਂ 'ਤੇ ਪੈ ਗਿਆ ਅਤੇ ਕਾਤਲ ਬਾਹਰ ਬੈਠੇ ਆ, ਅਤੇ ਜਿਹੜਾ ਅੰਦਰ ਬੈਠਾ ਉਹ ਮੇਰੇ ਵਰਗਾ 20 ਸਾਲਾਂ ਤੋਂ ਬੈਠਾ, ਉਹਨੂੰ ਇਹ ਨਹੀਂ ਪਤਾ ਮੈਂ ਬੈਠਾ ਕਿਉਂ ਹਾਂ, ਕਸੂਰ ਕੀ ਹੈ, ਮੇਰਾ ਕਸੂਰ ਕੀ, ਮੈਂ ਜੇਲ੍ਹ 'ਚ 20 ਸਾਲਾਂ ਤੋਂ 30 ਸਾਲਾਂ ਤੋਂ ਬੈਠਾ। ਜਿਹੜਾ ਭੁਲੇਖੇ ਨਾਲ ਪਾਕਿਸਤਾਨ ਜਾਂ ਲੰਘ ਆਇਆ ਉਹ ਵੀ ਸਾਡੇ ਹੀ ਭਰਾ ਨੇ, ਅਸੀਂ ਉਹਨਾਂ ਦੇ, ਉਹ ਵੀ ਵਾਹਿਗੁਰੂ ਦੇ ਬੱਚੇ ਨੇ, ਭੁਲੇਖੇ ਨਾਲ ਜੇ ਸਾਡਾ ਉੱਧਰ ਲੰਘ ਗਿਆ, ਹਨੇਰੀ 'ਚ ਟੱਪ ਗਿਆ, ਉਹ ਉਮਰ ਭਰ ਉੱਥੋਂ ਨਹੀਂ ਨਿਕਲਿਆ, ਜੇ ਉਹਨਾਂ ਦਾ ਆ ਗਿਆ ਇੱਧਰੋਂ ਉਮਰ ਭਰ ਨਹੀਂ, ਉਹਨਾਂ ਲੋਕਾਂ ਲਈ ਨਿੱਕੀ ਜਿਹੀ ਗੱਲ ਆ, ਸੋਰੀ, ਜਿਹੜੇ ਆਪਣੇ ਇੰਡੀਆ ਵਾਲੇ ਆ ਨਜਾਇਜ਼ ਬੈਠੇ ਆ ਉਹਨਾਂ ਵਿੱਚੇ ਹੀ ਬੰਦੀ ਸਿੰਘ ਆ, ਉਹ ਹਜ਼ਾਰਾਂ ਲੋਕ ਹੋਣਗੇ, ਇਕੱਲੇ 10-20 ਬੰਦੀ ਸਿੰਘ ਨਹੀਂ, ਹਜ਼ਾਰਾਂ ਲੋਕ ਨਜਾਇਜ਼ ਜੇਲ੍ਹਾਂ 'ਚ, ਉਹਨਾਂ ਲਈ ਆਉਣ ਵਾਲਾ ਗਾਣਾ ਜੀ, ਅਤੇ ਉਹ ਗੱਲ ਹੈਗੀ ਆ ਜੀ, ਅਸੀਂ ਕੋਈ ਭੀਖ ਨਹੀਂ ਮੰਗਦੇ, ਅਸੀਂ ਕੋਈ ਭੀਖ ਨਹੀਂ ਮੰਗਦੇ, ਅਸੀਂ ਕੋਈ ਦਾਨ ਨਹੀਂ ਮੰਗਦੇ, ਜੇ ਅਸੀਂ ਕਹਿੰਦੇ ਸਾਨੂੰ ਛੱਡ ਦਿਓ ਵੀ ਅਸੀਂ ਤਾਂ ਸਜ਼ਾ ਬੜੇ ਚਿਰ ਦੀ ਭੁਗਤ ਲਈ ਆ ਅਤੇ ਨਜਾਇਜ਼ ਬੈਠੇ ਹਾਂ, ਅਤੇ ਹੁਣ ਚਲੋ ਤੁਸੀਂ ਦੇ ਤੀ ਸੀ ਸਜ਼ਾ, ਉਹ ਤਾਂ ਨੰਗੀ ਨੂੰ ਵੀ 20 ਸਾਲ ਹੋ ਗਏ ਆ, ਅਤੇ ਕਾਨੂੰਨ ਤਾਂ ਇਜਾਜ਼ਤ ਨਹੀਂ ਦਿੰਦਾ ਵੀ ਉਹ ਸਜ਼ਾ ਪੂਰੀ ਹੋਈ ਤੋਂ ਬਾਅਦ ਉਹਨੂੰ ਇੱਕ ਘੰਟਾ ਵੀ ਅੰਦਰ ਰੱਖੋ, ਉਹਨੂੰ ਤਾਂ ਇੱਕ ਮਿੰਟ ਨਹੀਂ ਤੁਸੀਂ ਰੱਖ ਸਕਦੇ, ਉਹਨੂੰ ਧੱਕੇ ਮਾਰ ਕੇ ਬਾਹਰ ਕੱਢਣਾ ਪੈਂਦਾ, ਕਾਨੂੰਨ ਤਾਂ ਇਹ ਕਹਿੰਦਾ। ਇਸ ਕਰਕੇ ਉਹ ਲੋਕ ਆਪਣੀ ਰਿਕੁਐਸਟ ਕਰ ਲਏ ਨੇ, ਹਜ਼ਾਰਾਂ ਲੋਕ, ਉਹ ਕਹਿੰਦੇ ਜੀ ਅਸੀਂ ਕੋਈ ਭੀਖ ਨਹੀਂ ਮੰਗਦੇ, ਅਸੀਂ ਕੋਈ ਦਾਨ ਨਹੀਂ ਮੰਗਦੇ, ਆਪਣਾ ਹੱਕ ਜਿਹਾ ਮੰਗਦੇ ਹਾਂ, ਕੋਈ ਹਿੰਦੁਸਤਾਨ ਨਹੀਂ ਮੰਗਦੇ, ਆਪਣਾ ਹੱਕ ਹੀ ਮੰਗਦੇ ਹਾਂ, ਹਿੰਦੁਸਤਾਨ ਨਹੀਂ ਮੰਗਦੇ, ਜਿਨ੍ਹਾਂ ਨੂੰ ਹਿੰਦੁਸਤਾਨ ਜਾਂ ਕਿਸੇ ਵੀ ਉਹ ਰਾਜ, ਤੁਹਾਨੂੰ ਮੁਬਾਰਕ, ਅਸੀਂ ਤਾਂ ਨਿਕਾ ਜਿਹਾ ਆਪਣਾ ਹੱਕ ਮੰਗਦੇ ਹਾਂ। ਅੱਗੋਂ ਕਿਹਾ ਕੀ ਉਹਨਾਂ, ਕਹਿੰਦੇ ਜੀ ਸਜ਼ਾਵਾਂ ਪੂਰੀਆਂ ਹੋਈਆਂ ਨੂੰ 20-20 ਸਾਲ ਗੁਜ਼ਰ ਗਏ ਨੇ, ਸਜ਼ਾਵਾਂ ਪੂਰੀਆਂ ਹੋਈਆਂ ਨੂੰ 20-20 ਸਾਲ ਗੁਜ਼ਰ ਗਏ ਨੇ, ਕਿੰਨੇ ਸਾਲ ਨੇ ਜ਼ਿੰਦਗੀ ਦੇ ਮੰਦੜੇ ਹਾਲ ਗੁਜ਼ਰ ਗਏ ਨੇ, ਕਿੰਨੇ ਸਾਲ ਜੋ ਜੇਲ੍ਹਾਂ ਵਿੱਚ ਮੰਦੜੇ ਹਾਲ ਗੁਜ਼ਰ ਗਏ ਨੇ, ਕਿਸੇ ਦੇ ਮਾਪੇ ਗੁਜ਼ਰ ਗਏ ਨੇ, ਕਿਸੇ ਦੇ ਬਾਲ ਗੁਜ਼ਰ ਗਏ ਨੇ, ਕਿਸੇ ਦੇ ਮਾਪੇ ਗੁਜ਼ਰ ਗਏ ਨੇ, ਕਿਸੇ ਦੇ ਬਾਲ ਗੁਜ਼ਰ ਗਏ ਨੇ, ਅਸੀਂ ਕੋਈ ਰਾਇਲਟੀ ਨਹੀਂ ਮੰਗਦੇ, ਮਤਲਬ ਕਿ ਜਿਹੜਾ ਸਾਨੂੰ ਨਜਾਇਜ਼ ਏ ਉਹਦਾ ਕੋਈ ਸਾਨੂੰ, ਅਸੀਂ ਕੋਈ ਰਾਇਲਟੀ ਨਹੀਂ ਮੰਗਦੇ, ਕੋਈ ਨੁਕਸਾਨ ਨਹੀਂ ਮੰਗਦੇ, ਆਪਣਾ ਹੱਕ ਹੀ ਮੰਗਦੇ ਹਾਂ, ਹਿੰਦੁਸਤਾਨ ਨਹੀਂ ਮੰਗਦੇ, ਅਸੀਂ ਕੋਈ ਭੀਖ ਨਹੀਂ ਮੰਗਦੇ, ਅਸੀਂ ਕੋਈ ਦਾਨ ਨਹੀਂ ਮੰਗਦੇ, ਆਪਣਾ ਹੱਕ ਹੀ ਵੀ ਸਾਨੂੰ ਬਾਹਰ ਕੱਢ ਦਿਓ। ਸਾਗਰ ਸਾਹਿਬ, ਇਹ ਜਿਹੜਾ ਤੁਹਾਡਾ ਗਾਣਾ ਜੀ ਸਰ, ਹੁਣ ਤੁਹਾਡੀ ਉਮਰ ਹੋਵੇ ਲੰਮੀ, ਹਾਂਜੀ ਭੈਣ ਜੀ ਤੁਹਾਡੀ ਵੀ ਉਮਰ ਲੰਮੀ ਹੋਵੇ, ਸਭ ਦੀ ਹੋਵੇ ਜੀ ਸਰ, ਸਾਡੀ ਭਾਵੇਂ ਨਾ ਹੋਵੇ, ਸੱਚੀ ਕਹਿਣਾ ਮੈਂ, ਪਰ ਗੱਲ ਵੀ ਦੇਖੋ ਅੱਜ ਤੋਂ 20 ਸਾਲ ਬਾਅਦ ਵੀ ਜੀ ਸਰ ਤੁਹਾਨੂੰ ਇਹ ਗੱਲ ਕਹੀ ਜਾਊਗੀ ਵੀ ਸਾਗਰ ਨੇ ਇਹ ਵੀ ਗਾਇਆ ਜੀ ਸਰ, ਤੇ ਬਹੁਤ ਖੂਬ ਗਾਇਆ, ਤੇ ਬਹੁਤ ਖੂਬ ਗਾਇਆ, ਭਾਵੇਂ ਅੱਜ ਜੰਮਿਆ ਹੋਇਆ ਬੱਚਾ ਜੀ ਸਰ 20 ਸਾਲ ਬਾਅਦ ਜਦੋਂ ਜਵਾਨ ਹੋਊਗਾ ਉਹ ਸਾਗਰ ਤੇ ਕਿੰਤੂ ਨਹੀਂ ਕਰੂਗਾ, ਪਰ ਇੱਕ ਗੱਲ ਸੱਚੀ ਆ
ਕਿੰਤੂ ਕਰਨ ਵਾਲੀ ਗੱਲ ਤਾਂ ਹੈਗੀ ਆ, ਕਈ ਥਾਵਾਂ ਤੇ ਹੈਗੀ ਆ ਜੀ, ਹੈਗੀ ਆ, ਉੱਥੇ ਵੀ ਕਰਨ। ਆਪਾਂ ਕਹਿੰਦੇ ਨਾ ਵੀ ਕਈ ਵਾਰੀ ਗਾਣੇ ਚੱਲਦੇ ਹੀ ਹਨ, ਇਹ ਗੱਲ ਸੱਚੀ ਆ ਵੀ ਲੰਘੇ ਵੇਲੇ 'ਚ ਗਾਣੇ ਚੱਲੇ, ਚੱਲਦੀਆਂ ਤਾਂ ਨੀਲੀਆਂ ਫਿਲਮਾਂ ਵੀ ਆ, ਬਿਲਕੁਲ ਪੰਜਾਬੀ ਉਹ ਵੀ ਵਹਿੰਦੇ ਆ, ਬਿਲਕੁਲ ਬਿਲਕੁਲ, ਪਰ ਇਹਦਾ ਮਤਲਬ ਇਹ ਥੋੜੀ ਵੀ ਉਹ ਕਲਾਕਾਰ ਅਮਰ ਹੋ ਗਏ, ਬਿਲਕੁਲ ਜੀ, ਕਲਾਕਾਰ ਉਹ ਅਮਰ ਹੁੰਦੇ ਜਿਹੜੇ ਕਿ ਜੱਚਦੇ ਆ, ਜਿਹੜੇ ਫੱਬਦੇ ਆ, ਬਿਲਕੁਲ ਜੀ। ਸਰ ਇਹੀ ਤੁਹਾਡੀ ਗੱਲ ਦੀ ਪ੍ਰੋੜਤਾ ਕਰ ਰਹੇ ਹਾਂ, ਹੁਣ ਆਪਾਂ ਉਹ ਜਿਹੜੇ ਨਜਾਇਜ਼ ਬੈਠੇ ਆ ਆਪਾਂ ਉਹਨਾਂ ਲਈ ਫਰਿਆਦ ਕੀਤੀ ਦਿਨ ਚੜ੍ਹਦੇ ਨੂੰ, ਇਹਦੇ 'ਤੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਕਹਿਣਾ ਲੈ ਉਹਨਾਂ ਕੁਛ ਕੀਤਾ ਹੀ ਆ ਅਤੇ ਬੈਠੇ ਆ, ਫਲਾਣਾ ਕਿਸ ਤਰ੍ਹਾਂ ਬਾਹਰ ਨਿਕਲ ਜੂ, ਉਹਨੇ ਜਿਹੜਾ ਪਾਪ ਕੀਤਾ ਉਹਨ ਕੀ ਕਰਾਂਗੇ। ਬਿਲਕੁਲ ਸਹੀ, ਬਿਲਕੁਲ, ਪਰ ਆਪਾਂ ਆਪਣਾ ਕੰਮ ਕਰਾਂਗੇ, ਆਪਾਂ ਆਪਣਾ ਕੰਮ ਕਰਾਂਗੇ। ਪੁੱਤ ਜੀ ਉਮਰ ਦੀ ਗੱਲ ਮੇਰੀ ਧੀ ਨੇ ਕਹੀ ਆ, ਉਹ ਜਿਉਂ ਜਿਉਂ ਹੁਣ ਬਦਲਦੀ ਜਾਊਗੀ ਨਾ, ਉਹ ਅੱਗੋਂ ਤੁਹਾਨੂੰ ਉਮਰ ਦੇ ਲਿਹਾਜ਼ ਵਾਲਾ ਸੁਣਨ ਨੂੰ ਮਿਲੂਗਾ। ਜੋ ਜਿਤਨਾ ਜ਼ਮਾਨਾ ਬਦਲ ਗਿਆ ਹੁਣ ਸਾਡੇ ਪਿੰਡਾਂ ਵਾਲੇ ਵੀ ਬਦਲ ਗਏ, ਉਹ ਗੱਲ ਮੇਰੀ ਧੀ ਦੀ ਬਿਲਕੁਲ ਸੱਚੀ ਆ। ਸਾਡੇ ਪਿੰਡਾਂ ਵਾਲੇ ਉਦੋਂ ਵਕਤ ਸੀ ਪੁੱਤ, ਉਦੋਂ ਵਕਤ ਸੀ ਜਦੋਂ ਉਹ ਵਕਤ ਸੀ, ਉਦੋਂ ਜਦੋਂ ਤੁਸੀਂ ਸਟੇਜਾਂ ਤੇ ਜਾਂਦੇ ਹੋਵੋਗੇ, ਗਾਉਂਦੇ ਹੋਵੋਗੇ, ਬੀਬੀਆਂ ਵੀ ਭੈਣਾਂ ਵੀ ਬੈਠੀਆਂ ਹੋਣੀਆਂ, ਉਦੋਂ ਤੁਸੀਂ ਸੱਚੀ ਮੁੱਚੀ ਦੱਸੋ ਰੱਬ ਨੂੰ ਯਾਦ ਕਰਕੇ ਵੀ ਕਦੇ ਇਦਾਂ ਦਾ ਹੋਇਆ ਸੀ ਵੀ ਕਿਸੇ ਬੀਬੀ ਨੇ ਕਿਹਾ ਹੋਵੇ ਵੀ ਹਿੱਕ ਨਾਲ ਘੁੱਟ ਕੇ ਲਾ ਲਾ ਕੋਈ ਇਦਾਂ ਦਾ ਗਾਣਾ ਸੁਣਾ ਦੇ। ਵੇਖੋ ਜੀ ਮੇਰੀਆਂ ਮੇਰੇ ਜਿਹੜੇ ਨਾ ਉਹ ਬਾਕੀ ਤੇ ਉਸ ਵੇਲੇ ਆਹ ਨਹੀਂ ਹੁੰਦਾ ਕੀ ਆ, ਨੈੱਟ ਨਹੀਂ ਹੁੰਦਾ ਸੀ, ਸਟੇਜਾਂ ਦੀਆਂ ਜਿਹੜੀਆਂ ਮੂਵੀਆਂ ਨਾ, ਭਾਵੇਂ ਉਹ ਪਿੰਡਾਂ 'ਚੋਂ ਜਿਹੜੇ ਵਿਆਹਾਂ ਦਾ ਕੈਮਰਾ ਚੱਲਦਾ ਮੂਵੀ, ਹਰ ਮੇਲੇ ਦੀਆਂ ਮੂਵੀਆਂ 'ਤੇ ਦੋ ਦੋ ਚਾਰ ਚਾਰ ਬਣਦੀਆਂ ਨਾ, ਜਿਵੇਂ ਹੁਣ ਪੁਰਾਣੇ ਕਲਾਕਾਰਾਂ ਦੀਆਂ 30-40 ਸਾਲ ਪਹਿਲਾਂ ਵਾਲੇ ਕਲਾਕਾਰਾਂ ਦੀਆਂ ਹੁਣ ਉਦਾਂ ਦੇ ਖਾੜੇ ਨੈੱਟ 'ਤੇ ਚੜ੍ਹਦੇ ਆ ਨਾ, ਵੀ ਆਹ 2070 ਦਾ ਖਾੜਾ, ਆਹ 72-75 ਆ, ਉਹ ਚੜ੍ਹਦੇ ਆ ਨਾ, ਤੁਸੀਂ ਮੇਰੇ ਪਿਛਲੇ 25 ਸਾਲਾਂ ਦੇ ਅਖਾੜੇ ਕੱਢ ਕੇ ਵੇਖ ਲਓ, ਮੇਰੇ ਗਰੀਬ ਦੇ ਸਾਹਮਣੇ 5000 ਜੇ ਜੈਂਟਸ ਬੱਚੇ ਨੌਜਵਾਨ ਜੇ ਨੌਜਵਾਨ ਟਹਿਣੇ ਬੈਠੇ ਆ ਨਾ, ਅਤੇ 7000 ਮੇਰੀਆਂ ਭੈਣਾਂ ਥਿੰਦ ਬੈਠੀਆਂ, ਮੇਰੀ ਮੇਰੀ ਅੱਗੋਂ ਭੈਣਾਂ ਹਿਲਦੀਆਂ ਹੀ ਨਹੀਂ, ਅਤੇ ਭੈਣਾਂ ਤਾੜੀਆਂ ਮਾਰਦੀਆਂ ਮਾਰਦੀਆਂ। ਤੁਸੀਂ ਕੱਢੋ ਨਾ ਮੂਵੀਆਂ, ਮੂਵੀਆਂ ਕੱਢੋ, ਮੂਵੀਆਂ ਕੱਢੋ ਤੇ ਇਹਦੇ 'ਚ ਲਾਇਓ ਜ਼ਰੂਰ ਆਪ। ਤੇ ਅੱਛਾ ਇਹ ਗੱਲ ਦੱਸੋ, ਵੈਸੇ ਆਹ ਗਾਣਾ ਜਿਹੜਾ ਹੁਣ ਬਹੁਤ ਜ਼ਿਆਦਾ ਮਸ਼ਹੂਰ ਹੋਇਆ, ਦੁਬਾਰਾ ਉਹਦੇ ਤੇ ਆਉਂਦੇ ਆ, ਵੀ ਟਾਟਾ ਕੰਪਨੀ ਵਾਲਿਆਂ ਨੇ ਸਨਮਾਨਿਤ ਨਹੀਂ ਕੀਤਾ ਵੀ ਇੰਨੀ ਇੰਡੀਕਾ ਦੀ ਮਸ਼ਹੂਰੀ ਕਰ ਦਿੱਤੀ ਆ ਤੁਸੀਂ, ਇੰਡੀਕਾ ਨੂੰ ਤਾਂ ਲੋਕ ਭੁੱਲ ਗਏ ਸੀ, ਇੱਕ ਵਾਰ ਫਿਰ ਤੋਂ ਤੁਸੀਂ ਇੰਡੀਕਾ ਵੀ ਜਿਉਂਦੀ ਕਰਦੇ ਜੀ। ਪੁੱਤ ਵੈਰੀ ਗੁੱਡ, ਪੁੱਤ ਵੈਰੀ ਗੁੱਡ, ਮੇਰੀ ਧੀ ਨੇ ਬੜਾ ਵਧੀਆ ਸਵਾਲ ਕੀਤਾ, ਕਿਉਂਕਿ ਮੈਂ ਆਪਣੀ ਇਹ ਇੰਡੀਕਾ ਵਾਲਾ ਤੇ ਹਾਸੇ ਮਜ਼ਾਕ ਵਾਲਾ ਨਾ ਧੀ ਕਰਦੀ ਆ, ਮੈਂ ਥੋੜੀ ਕਰਦਾ, ਮੈਂ ਤਾਂ ਤਿੱਖੀ ਗੱਲ ਕਰ ਜਾਂਦਾ। ਮੇਰੀ 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 ਪਾਉ ਸੁਣ ਗੱਲ, ਮੇਰੀ ਮੇਰੀ ਗੱਲ ਸੁਣ ਪਾਉ, ਜੇ ਤੇ ਨੌਂ ਪੁੱਤ ਦੀ ਗੱਲ ਕਰਨੀ ਹੋਵੇ ਹੈ ਨਾ, ਨੌਂ ਪੁੱਤ ਦੀ ਚੱਲ ਰਹੀ ਹੋਵੇ, ਫਿਰ ਆਪਣਾ ਪੁੱਤ ਚੰਗਾ, ਤੇ ਜੇ ਧੀ ਜਵਾਈ ਦੀ ਕਰਨੀ ਹੋਵੇ ਫਿਰ ਆਪਣੀ ਧੀ ਚੰਗੀ, ਜਵਾਈ ਸਾਲਾ ਫਿਰ ਉਹ ਜੀ। ਇੰਡੀਕਾ ਵਾਲੇ ਦੱਸੋ ਵੀ ਉਹਨਾਂ ਨੇ ਸਨਮਾਨਿਤ ਨਹੀਂ ਕੀਤਾ। ਪੁੱਤ ਜੀ ਜਦੋਂ ਇਸ ਗੱਲ ਨੂੰ ਮੈਂ ਸਾਰੇ ਪੰਜਾਬ ਦੀਆਂ ਜੁੱਤੀਆਂ ਤੇ ਸਿਰ ਰੱਖ ਕੇ ਕਹਿੰਦਾ ਵੀ ਇਸ ਗੱਲ ਨੂੰ ਕੰਟਰੋਵਰਸੀ 'ਚ ਨਾ, ਮੈਨੂੰ ਇਸ ਲਫ਼ਜ਼ ਦੇ ਮਤਲਬ ਦਾ ਨਹੀਂ ਪਤਾ, ਸੁਣਿਆ ਹੋਇਆ ਵਾ ਵੀ ਕੰਟਰੋਵਰਸੀ 'ਚ ਨਾ ਲਿਆਇਓ, ਬਹਿਸ 'ਚ ਨਾ ਲਿਆਇਓ, ਇਲਜ਼ਾਮ ਨਾ ਲਾਇਓ ਵੀ ਇਹਨੇ ਉਹਦਾ ਕਿਉਂ ਨਾ ਲਿਆ, ਹੋਰ ਕਿਸੇ ਨੇਤਾ ਦਾ ਕਿਉਂ ਨਹੀਂ ਲਿਆ। ਇਹ ਜਦੋਂ ਚੰਨੀ ਜੀ, ਹਾਂਜੀ ਮੇਰੇ SC ਭਾਈ, ਜਦੋਂ ਉਹ ਥੋੜ੍ਹੀ ਦੇਰ CM ਰਹੇ, ਮੁੱਖ ਮੰਤਰੀ ਰਹੇ, ਹਾਂਜੀ, ਅਤੇ ਉਹ ਜਦੋਂ CM ਰਹੇ ਅਤੇ ਉਦੋਂ ਨਾ ਉਹ ਆ ਜਿਹੜੇ ਧਰਨੇ ਕਿਸਾਨ ਵੀਰਾਂ ਦੇ, ਉਹ ਇੱਕ ਥਾਂ ਨਾ ਬੇਟਾ ਮੇਰੇ ਸ਼ਹਿਰ ਦੇ ਲਾਗੇ, ਅੰਮ੍ਰਿਤਸਰ ਦੇ ਲਾਗੇ ਨਾ, ਉਹ ਪਤਾ ਨਹੀਂ ਮਾਨਾ ਵਾਲੇ, ਉਹ ਨਾ ਤੜਕੇ ਆਣ ਕੇ ਅਤੇ ਕਿਸਾਨਾਂ ਨੇ ਉਹ ਬਣਾ ਲਿਆ, ਉਹ ਜਿਹੜਾ ਆਪਣੇ ਬਹਿਣ ਵਾਸਤੇ ਜਗ੍ਹਾ ਬਣਾ ਲਈ ਮੁੰਡਿਆਂ ਨੇ, ਮੁੰਡਿਆਂ ਨੇ, ਅਤੇ ਆਵਾਜ਼ ਦਿੱਤੀ ਹੋਈ ਸੀ ਸਰਕਾਰ ਨੇ ਵੀ ਸਵੇਰੇ 8 ਵਜੇ ਤੋਂ ਪਹਿਲਾਂ, ਸ਼ਾਇਦ 9 ਵਜੇ ਤੋਂ ਜਾਂ ਕੁਛ ਕਹਿ ਕੇ ਵੀ ਉਦੋਂ ਪਹਿਲਾਂ ਨਹੀਂ ਤੁਸੀਂ ਬੈਠਣਾ, ਵੀ ਉਦੋਂ ਜਿੰਨੇ ਲੰਘਣਾ ਲੰਘ ਜੇ, ਉਹਨਾਂ 10 ਮਿੰਟ ਆਣ ਕੇ ਅੱਧਾ ਘੰਟਾ ਪਹਿਲਾਂ ਉਹ ਵਿਛਾ ਲਏ, ਵਿਛਾ ਲਏ, ਉਹ ਵਿਛਾਇਆ ਨੂੰ 2 ਮਿੰਟ ਹੋਏ ਅਤੇ ਸਾਡਾ ਜਿਹੜਾ ਪੰਜਾਬ ਦਾ ਮਾਣ ਪੰਜਾਬ ਪੁਲਿਸ, ਉਹਨਾਂ ਦੀ ਡਿਊਟੀ, ਉਹਨਾਂ ਆ ਕੇ ਰੋਕਿਆ ਵੀ ਆ ਚੁੱਕੋ ਆਪਣੇ ਕੱਪੜੇ, ਉਹਨਾਂ ਚੁਕਾ ਤੇ, ਉਹ ਆਪਣੀ ਡਿਊਟੀ ਕਰ ਰਿਹਾ, ਕਿਸਾਨ ਆਪਣੀ ਕਰ ਰਿਹਾ, ਉਹ ਆਪਣੀ ਕਰ ਰਿਹਾ, ਉਹਨਾਂ ਚੁਕਾ ਤੇ। ਉਸੇ ਵੇਲੇ ਮੇਰੇ ਵਰਗਿਆਂ ਨੇ ਹਜ਼ਾਰਾਂ ਨੇ ਲਿਖਤਾ, ਹੁਣ ਚੰਨੀ ਕਿੱਥੇ ਵੜਿਆ, ਉਹ ਪੁੱਤ ਅਜੇ ਤਾਂ ਮਿੰਟ 1 ਲੱਗਾ, ਉਹਨੂੰ ਖਬਰ ਪਹੁੰਚਦਿਆਂ ਵੀ ਤਾਂ ਪੁੱਤ ਕੋਈ ਟਾਈਮ ਲਗਾਉਣੇ, ਇੰਡਕਾ ਵਾਲੇ ਪਹੁੰਚਣਗੇ ਪੁੱਤ ਮੇਰੇ ਘਰ ਨੂੰ ਟਾਈਮ ਤੇ ਲੱਗੂਗਾ। ਅੱਛਾ ਆ ਸਾ, ਹਾਂਜੀ ਕੁੜੀ ਕਾ ਇੰਡਕਾ ਦੀ, ਮੈਂ ਕਹਿੰਦਾ ਜੀ ਮਹਾਰਾਜ ਕਰੇ ਵੀ ਜਿਵੇਂ ਇਹ ਉਹਨਾਂ ਦਾ ਨਾਂ ਇੱਦਾਂ ਹੋਇਆ ਨਾ, ਇੰਨੇ ਲੋਕ ਉਹਨੂੰ ਨਵਾਂ ਮਾਡਲ ਲਾਂਚ ਕਰਨ, ਇੰਨੇ ਲੋਕ ਉਹਨਾਂ ਦੀ ਇੰਡਕਾ ਦੁਬਾਰਾ ਖਰੀਦਣ, ਤੇ ਮੈਨੂੰ ਸਿਰਫ ਇੰਨਾ ਮਾਣ ਮਹਿਸੂਸ ਹੋਵੇ ਵੀ ਆ ਮੇਰੇ ਗਰੀਬ ਕਰਕੇ ਹੋਇਆ। ਤੇ ਹੁਣ ਇਹ ਨਹੀਂ ਸੋਚਿਆ ਵੀ ਚਲੋ ਇੰਡਕਾ ਤਾਂ ਗਾਤੀ, ਕੋਈ ਫੋਰਚੂਨਰ ਦੇ ਉੱਤੇ, ਕੋਈ ਸੈਂਟਰੋ ਦੇ ਉੱਤੇ, ਕੋਈ ਮਰਸੀਡੀਜ਼ ਉੱਤੇ, ਕੋਈ ਥਾਰ ਉੱਤੇ, ਵੈਰੀ ਗੁੱਡ, ਵੀ ਕੋਈ BMW ਤੇ ਵੀ ਗਾਣਾ ਗਾਇਆ, ਵੈਰੀ ਗੁੱਡ ਧੀਏ। ਇਹ ਲੋਕ ਗਾਉਂਦੇ ਨੇ ਆ ਮੁੰਨੀ ਗਾਣਾ ਨੰਬਰ 1, ਆ ਮੁੰਨੀ ਜੋ ਵੀ ਹੈ ਮੈਨੂੰ ਸੋਰੀ 2-3, ਤੇ ਪੁੱਤ ਮੇਰੇ ਕੋਲ ਕਲਮ ਏਡੀ ਵੱਡੀ ਆ, ਤੂੰ ਇੱਥੇ ਮੇਰੀ ਧੀ ਬਹਿ ਕੇ ਸ਼ਾਮਾਂ ਤੱਕ 100 ਗਾਣਾ ਲਿਖਾ ਲਾ, ਇੱਕ ਦੂਜੇ ਨਾਲ ਮਿਲਦਾ ਨਹੀਂ ਹੋਊਗਾ, ਤੇ ਮੈਨੂੰ ਕੀ ਲੋੜ ਆ ਹੁਣ ਮੈਨੂੰ ਇੰਡਕਾ ਛੱਡ ਕੇ ਫੌਰਨ ਆਪਾਂ ਕੋਈ ਹੋਰ ਪੁੱਤ ਵੱਡੀ ਗੱਲ ਕਰਾਂਗੇ। ਹੈ ਗੱਲਬਾਤ ਨਹੀਂ ਜੀ, ਹੈਗੀ ਜਾਂ ਨਹੀਂ ਹੈਗੀ।
ਪਰ ਦੋ ਬੋਲ ਫਿਰ ਇਹਦੇ ਹੀ ਹੋ ਜਾਣ ਜਿਹੜਾ ਬ੍ਰੇਕ ਲਾਉਣੀ ਹੈ ਨਾ ਵੀ ਭਾਈ ਐ ਨਾ ਹੋਵੇ ਵੀ ਭਾਈ ਠਾ ਕਰਕੇ ਵਿੱਚ ਗੱਡੀ ਮਾਰੇ ਬਾਅਦ ਲਿਖਿਆ ਹੀ ਆਇਆ ਸੀ ਦੇਖਿਓ ਜੀ ਛੋਟਾ ਜਿਹਾ ਰੱਖ ਲਓ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਇਮੀਜੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇਮੀਜੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਲਾਲ ਬੱਤੀ ਆ ਗਈ ਜਰਾ ਆਸੇ ਪਾਸੇ ਵੇਖ ਲਾਲ ਬੱਤੀ ਆ ਗਈ ਜਰਾ ਆਸੇ ਪਾਸੇ ਵੇਖ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨੀ ਸੱਜੇ ਪੈਰ ਨਾਲ ਮਾਰ ਦੇ ਬਰੇਕ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨੀ ਸੱਜੇ ਪੈਰ ਨਾਲ ਮਾਰ ਦੇ ਬਰੇਕ ਨਵੀਂ ਮਾਰਕੀਟ ਦੇ ਵਿੱਚ ਇਹਨੇ ਜਿੱਦਾਂ ਹੁਣ ਇਹਦੇ ਨਾਂ ਨੇ ਵਕਤ ਪਾਇਆ ਹੋਇਆ ਨਾ ਏਦਾਂ ਉਦੋਂ ਇਹ ਗੱਡੀ ਸੜਕਾਂ ਤੇ ਇੰਡਿਕਾ ਹੀ ਦਿਸਦੀ ਸੀ ਇੰਡਿਕਾ ਹੀ ਦਿਸਦੀ ਸੀ ਪਹਿਲੋਂ ਮਰੂਤੀ ਛੋਟੀਆਂ ਵੈਨਾਂ ਜਦੋਂ ਇੱਕ ਵੱਡੀ ਗੱਡੀ ਕਹਿ ਲਈਏ ਵਧੀਆ ਗੱਡੀ ਕਹਿ ਲਈਏ ਜਾਂ ਫਿਰ ਮੈਨੂੰ ਨੌਲੇਜ ਜਿੰਨੀ ਕਿਆ ਮੇਰੀ ਗਰੀਬੀ ਦਾਵੇ ਦੇ ਹਿਸਾਬ ਨਾਲ ਮੇਰੇ ਵਰਗੇ ਬੰਦੇ ਲਈ ਛੋਟੇ ਬੰਦੇ ਲਈ ਇੰਡਿਕਾ ਬੜੀ ਬਹੁਤ ਵੱਡੀ ਗੱਲ ਸੀ ਵੱਡੀ ਗੱਲ ਸੀ ਉਹ ਜਦੋਂ ਉਹਦਾ ਕਰਕੇ ਮੈਂ ਵੈਸੇ ਹੀ ਉਹਦੇ ਇੱਕ ਨਾ ਗਾਣਾ ਹੁੰਦਾ ਜੀ ਨਾ ਕੁਝ ਸੋਚਿਆ ਨਾ ਕਿਸੇ ਨੇ ਸਿਫਾਰਿਸ਼ ਕੀਤੀ ਨਾ ਕਿਸੇ ਨੇ ਐਡ ਕਰਾਈ ਉਹ ਨਾਲੇ ਉਹਦੇ ਵਿੱਚ ਇੰਡਿਕਾ ਦਾ ਕੋਈ ਮੀਨਿੰਗ ਨਹੀਂ ਆ ਜੀ ਉਹ ਗੱਲ ਕੀ ਸੀ ਉਹ ਤੇ ਇੱਕ ਮੁਟਿਆਰ ਆ ਜੀ ਮੁਟਿਆਰ ਆ ਤੇ ਉਹਨੂੰ ਗੱਡੀ ਸਿੱਖਣ ਦਾ ਸ਼ੌਕ ਹੈ ਉਹਨੇ ਜਾ ਕੇ ਡਰਾਈਵਰ ਵੀਰ ਨੂੰ ਕਿਹਾ ਉਹ ਛੰਮੀ ਨੇ ਥੋੜ੍ਹੀ ਕਿਹਾ ਉਹਨੇ ਤੇ ਬਾਅਦ 'ਚ ਇਨਸਾਫ਼ ਕੀਤਾ ਉਹਨੇ ਬਾਅਦ 'ਚ ਇਨਸਾਫ਼ ਕੀਤਾ ਨਾ ਸਾਗਰ ਦੀ ਵੋਟੀ ਉਹਨੇ ਐਗਜ਼ਾਮਪਲ ਦਿੱਤੀ ਆ ਵੀ ਉਹ ਚਲਾ ਲੈਂਦੀ ਆ ਵੀ ਮੇਰੀ ਵੀ ਮਜਬੂਰੀ ਕੋਈ ਮੈਨੂੰ ਛੇਤੀ ਸਕਾ ਉਹ ਧੀਏ ਮੁਟਿਆਰ ਉਹਦੇ ਕੋਲ ਗਈ ਡਰਾਈਵਰ ਵੀਰ ਕੋ ਉਹਨੇ ਜਾ ਕੇ ਕਿਹਾ ਵੀ ਲੋੜ ਤੇਰੀ ਪੈ ਗਈ ਹੈ ਡਰਾਈਵਰ ਆਵੇ ਮੈਨੂੰ ਲੱਗਦਾ ਹੈ ਪੂਰਾ ਵਿੱਚ ਤਜਰਬਾ ਹੈ ਤੈਨੂੰ ਫੀਸ ਕਿੰਨੀ ਚਾਹੀਦੀ ਹੈ ਛੇਤੀ ਸਮਝਾ ਇਹਨੀ ਇਮੀਡੀਏਟਲੀ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰ ਵੀਰ ਨੇ ਆਪਣੇ ਬਿਲਕੁਲ ਜੋ ਉਹਨੇ ਗੱਲ ਕੀਤੀ ਉਹਨੇ ਇੱਧਰ ਦੀ ਜਾਂ ਉੱਧਰ ਦੀ ਨਹੀਂ ਕਿਹਾ ਉਹਨੇ ਕੋਈ ਉਹਨੂੰ ਚਾਹ ਨੀ ਪੁੱਛੀ ਪਾਣੀ ਨੀ ਉਹਨੇ ਉਹਦੀ ਗੱਲ ਕੀਤੀ ਆ ਉਹਨੇ ਕਿਹਾ ਵੀ ਪਹਿਲਾ ਗੇਅਰ ਲਾ ਕੇ ਜਰਾ ਹੌਲੀ ਹੌਲੀ ਤੋਰ ਪੋਲੇ ਪੋਲੇ ਰੇਸ ਦੇ ਵੀ ਲਾਵੀ ਨਾ ਨੀ ਜ਼ੋਰ ਇਹ ਨਵੇਂ ਬੱਚੇ ਨੂੰ ਜਦੋਂ ਤੁਸੀਂ ਸਿਖਾਓਗੇ ਡਰਾਈਵਿੰਗ ਸਕੂਲ ਬਿਲਕੁਲ ਉਹਨੂੰ ਕਹੋਗੇ ਵੀ ਜੇ ਰੇਸ ਜਾਦੀ ਨਾ ਦੇ ਵੀ ਮੁੜ ਕੇ ਤੇਰੇ ਕੋਲ ਵੀ ਉੱਪਰ ਉੱਠੂਗੀ ਜੰਪ ਮਾਰੂਗੀ ਪੋਲੇ ਪੋਲੇ ਰੇਸ ਦੇ ਵੀ ਲਾਵੀ ਨਾ ਨੀ ਜ਼ੋਰ ਲਾਲ ਬੱਤੀ ਆ ਗਈ ਜਰਾ ਆਸੇ ਪਾਸੇ ਵੇ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਸੱਜੇ ਪੈਰ ਨਾਲ ਮਾਰਦੇ ਬਰੇਕ ਹੁਣ ਉਹਨੇ ਅੱਗੇ ਆਪਣੀ ਉਹ ਗੱਲ ਮਜਬੂਰੀ ਵਾਲੀ ਦੱਸੀ ਆ ਮਜਬੂਰੀ ਕਿਹੜੀ ਪੁੱਤ ਉਹਨੇ ਕਿਹਾ ਹੈ ਕਿ 14ਵੀਂ ਜਮਾਤ ਵਿੱਚ ਹੋਵੇ ਮੁਟਿਆਰ ਵੇ ਤੇ ਅਜੇ ਤੱਕ ਹੋਵੇ ਨਾ ਚਲਾਉਣੀ ਆਉਂਦੀ ਕਾਰ ਵੇ ਨਹੀਂ ਇਸ ਗੱਲ ਦੀ ਨਮੋਸ਼ੀ ਮੈਨੂੰ ਆ ਵੀ ਮੈਨੂੰ ਆਹ ਸੰਗ ਜੀ ਸ਼ਰਮ ਜੀ ਮਹਿਸੂਸ ਹੁੰਦੀ ਆ ਬੇਇੱਜ਼ਤੀ ਜੀ ਵੀ ਮੈਨੂੰ ਗੱਡੀ ਕਿਉਂ ਨਹੀਂ ਆਉਂਦੀ ਸਿਖਾ ਫਿਰ ਅੱਗੇ ਜਾ ਕੇ ਉਹਨੇ ਹੋਰ ਪਰੋੜਤਾ ਕੀਤੀ ਕਿਉਂਕਿ ਬੀਬੀਆਂ ਦੀ ਇੱਕ ਦੂਜੀ ਨਾਲ ਜੈਲਸੀ ਹੁੰਦੀ ਆ ਉਹਨੇ ਅੱਗੇ ਕਿਹਾ ਵੀ ਉਹ ਸਾਡੇ ਵੇ ਮਹੱਲੇ ਕੀ ਵਿਆਹੀਆਂ ਕੀ ਕੁਵਾਰੀਆਂ ਕਾਰਾਂ ਮੋਟਰਾਂ ਚਲਾਈ ਫਿਰਦੀਆਂ ਸਾਰੀਆਂ ਉਹ ਸਾਗਰ ਦੀ ਵੋਟੀ ਲੈਂਦੀ ਇੰਟਕਾ ਚਲਾ ਆਹ ਮਜਬੂਰੀ ਉਹਨੂੰ ਨਾ ਵਿਚਾਰੀ ਪਰ ਲੋਕਾਂ ਨੇ ਰੀਲਾਂ ਅਗਲੀਆਂ ਵੀ ਪਾਤੀਆਂ ਉਹ ਕਹਿੰਦੇ ਵੀ ਦੇਖੋ ਇੱਕ ਬੰਦੇ ਨੂੰ ਉਹਦੀ ਘਰ ਵਾਲੀ ਕਹਿੰਦੀ ਵੀ ਜੇ ਸਾਗਰ ਦੀ ਵੋਟੀ ਲੈਂਦੀ ਇੰਟਕਾ ਚਲਾ ਮੈਨੂੰ ਵੀ ਸਿਖਾ ਹਾਂਜੀ ਉਹ ਕਹਿੰਦਾ ਮੈਂ ਤੈਨੂੰ ਸਿਖਾ ਦਿੰਦਾ ਉਹ ਅਗਲੇ ਨੇ ਕਹਿੰਦੀ ਹੁਣ ਮੈਂ ਆਪੇ ਚਲਾ ਲੂੰਗੀ ਬਿਲਕੁਲ ਕਹਿੰਦਾ 12 ਦਿਨ ਹੋ ਗਏ ਮੁੜੀ ਨਹੀਂ ਜਲੰਧਰ ਚ ਹੀ ਆ ਤੇ ਉਹ ਕਹਿੰਦਾ ਵੀ ਹਾਂ ਸਤਨਾਮ ਸਾਗਰ ਜੀ ਬੋਲਦੇ ਹੋ ਉਹ ਵੀਰ ਅੱਗੋਂ ਜਿਹਨਾਂ ਨੇ ਬਣਾਈ ਉਹ ਕਹਿੰਦਾ ਹਾਂਜੀ ਕਹਿੰਦਾ ਜੀ ਦਾਲ ਸਬਜ਼ੀ ਨੌਨ ਵੈਜ ਖਾ ਲੈਂਦੇ ਹੋ ਕਿ ਦਾਲ ਸਬਜ਼ੀ ਭੇਜਾਂ ਕਹਿੰਦਾ ਕੀ ਮਤਲਬ ਆਂਦਾ ਵੀ ਤੁਹਾਨੂੰ ਤੇ ਤੁਹਾਡੇ ਨਿਆਣਿਆਂ ਨੂੰ ਭੁੱਖ ਲੱਗੀ ਹੋਣੀ ਆ ਉਹ ਆਂਦਾ ਵੀ ਕਿਉਂ ਤੈਨੂੰ ਕਿਹਨੇ ਦੱਸਿਆ ਤੇ ਆਂਦਾ ਵੀ ਤੇਰੀ ਜਨਾਨੀ ਹਫਤਾ ਹੋ ਗਿਆ ਗੱਡੀ ਲੈ ਕੇ ਗਈ ਰੋਟੀਆਂ ਤੇਰਾ ਪਿਓ ਪਕਾਉਂਦਾ ਪਰ ਬਾਈ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਕਿੰਨਾ ਕੁ ਯਕੀਨ ਰੱਖਦੇ ਹੋ ਉਹਨਾਂ ਦੀਆਂ ਕੁਰਬਾਨੀਆਂ ਨੂੰ ਕਿੰਨਾ ਕੁ ਮੰਨਦੇ ਹੋ ਜਦੋਂ ਤੋਂ ਦੁਨੀਆ ਚੱਲੀ ਜਦੋਂ ਤੋਂ ਦੁਨੀਆ ਸ਼ੁਰੂ ਹੋਈ ਉਦੋਂ ਤੋਂ ਲੈ ਕੇ ਅੱਜ ਤੱਕ ਆਪਣੀ ਆਪਣੀ ਸੋਚ ਹੁੰਦੀ ਆ ਵੀ ਜਿਹੜਾ ਧਰਮ ਜਿਹੜੇ ਵੀ ਧਰਮ ਦਾ ਇਨਸਾਨ ਆ ਜਿਹੜੇ ਵੀ ਧਰਮ ਦਾ ਇਨਸਾਨ ਆ ਉਹਨੂੰ ਆਪਣੇ ਧਰਮ ਦਾ ਰਹਿਬਰ ਉਹਨੂੰ ਇਹ ਪਤਾ ਹੁੰਦਾ ਕਿ ਰੱਬ ਆਪ ਇਨਸਾਨ ਦੇ ਰੂਪ 'ਚ ਆਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਵਿੱਚ ਕਿੰਨਾ ਯਕੀਨ ਰੱਖਦੇ ਹੋ ਉਹ ਹੀ ਮੈਂ ਜਵਾਬ ਹੀ ਦੇ ਰਿਹਾ ਹਰ ਧਰਮ ਦਾ ਬੰਦਾ ਉਹਨੂੰ ਇਹ ਪਤਾ ਹੁੰਦਾ ਕਿ ਜਿਹੜਾ ਮੇਰਾ ਰਹਿਬਰ ਹੈ ਉਹ ਰੱਬ ਆਪ ਇਨਸਾਨ ਦੇ ਰੂਪ 'ਚ ਆਇਆ ਕਦੀ ਉਹ ਰਾਮ ਬਣ ਕੇ ਆਇਆ ਇਹ ਮੇਰੀ ਸੋਚ ਆ ਜੀ ਬਾਕੀ ਆਪੋ ਆਪਣੇ ਧਰਮਾਂ ਦਾ ਹਰ ਕਦੇ ਉਹ ਰਾਮ ਬਣ ਕੇ ਆਇਆ ਕਦੇ ਕ੍ਰਿਸ਼ਨ ਬਣ ਕੇ ਆਇਆ ਉਹ ਜਿਹੜੇ ਆਗੂ ਨੇ ਧਰਮਾਂ ਦੇ ਉਹ ਤਾਂ ਇਹ ਵੀ ਕਹਿੰਦੇ ਆ ਵੀ ਫਲਾਣੇ ਧਰਮ ਵਾਲੇ
अपने गुरु नूं भगवान कहिंदे अपने रहिबर नूं, असीं ते अपने रहिबर नूं बंदा ही मानदे हाँ, सियाणा इंसान महापुरश ही मानदे हाँ। लेकिन मेरी अपनी सोच है जी, ये जिन्हें जिस रब ने इंडिका भजाई है ना, मैं उस रब की गल कर लगा। मेरे वास्ते वह कदे राम बन के आया, कदे कृष्ण बन कृष्ण के रूप च आया, राम के रूप च आया, तो वह जुगा जुगा तो आ रहा। तो जिस धर्म च मैं पैदा होया, जिस धर्म च मैं पैदा होया, आ जिहड़ा जी ये तो साडा कारोबार हुंदा ना, केस कटाले। पर मेरा सवाल इस गल तो ही दसन लगा, गुरु नानक पातशाह तो लैके दसवें पातशाह दस रूप बदले, चोले बदले, ये परमात्मा की जोत कलयुग दे विच ते नानक पातशाह तो लैके दसवें पातशाह तक अगों ग्यारहवीं पातशाही मौजूदा परमेश्वर मौजूदा परमात्मा श्री गुरु ग्रंथ साहब। तो मेरा जो घर च जमया मरिया जिस धर्म ना हुंदा जी, ओहो ही धर्म हुंदा बंदे दा, है ना। तो वह मेरा ये धर्म है जी। पर फिर तुसी आप शब्दां दी वरतों कीती गुरु गोबिंद सिंह जी दे लई जी, फिर थोड़े पुट पई जी, खबरां बहुत लगियां जी जी, माजरा की सी गल की सी विचों? ये बिल्कुल ही कोई गल भी नहीं सी, सारा कुछ झूठ सी। वह लोगों ने बनाना हुंदा कुछ, जे उन्हूं गल नूं ते मेरा ख्याल चार दिन भी लगे रही है। वह कलाकारां दा ही गाउण वालियां दा ही काम सीगा, काम वह शायद फिरोजपुर, हाँ फिरोजपुर मैं स्टेज करन गया, जांदियां नूं साडे माझे दे भी लोक गाउण डे, ते मेरी गरीब दी मैं उत्थों दी मूवी तुहानूं दे दूंगा जी, ते इहनूं उन्ने दिन इहनूं चलायो ना, इहनूं मैं मूवी दे दूंगा, इहदे विच ऐड कर दिओ। उत्थे जांदियां नूं लोक उह जिन्ने गाउण डे सी, तो कोई दो चार दस हज़ार जिन्ना वो मतलब स्रोते बैठे ही, वो जदों हुण लोग अगले वो चादरे बन बन मुंदरिया पा पा के, मैं पहले दिन अज उदन की गल कर लगा जी, तो गुनाह कर लगा, तो वो चलो तुहाडा तरीका वो जितना दा हैगा वो मैनूं दसना पैणा। हुण वो लोग गा रहे सी, मैं गरीब उत्थे चले गया, भावें मैं उन्हां तो सब तो निक्की गड्डी च गया वा, सब तो माड़ी गड्डी च गया वा, मैं बस से गया वा, जो भी, जदों जाके दूरों पता लग गया सागर आ गया, वो पब्लिक उठ पैंदी, ओ आ गया आ गया आ गया। ये मेरे कल्ले लई नहीं हुंदी जी, पंजाब दे हर मतलब के जिहड़ा नाम माड़ा मोटा चलदा मेरे वर्गा गरीब दा, उहदे लई हुंदी हुंदी आ, उहदे लई दुनिया वेंदी आ। हुण उहदे विच्चों उहनूं जिहड़े वीर ने जैलसी कीती, जां इक ने जां दो ने, उह भरावा तेरे वरी वी ते दुनिया उठदी होऊगी, चल जे किसे दिन मेरे वरी उठ पी ते उहदन की हो गया। फिर होया की? बस इहो ही होया जी, उहनां ने उह जिहड़ी लड़ाई झगड़े दा रौला जिहा पाया ना, उह इस तरहां दा कोई गल नहीं आ। ਤੁਸੀਂ ਅਕਾਲ ਤਖਤ ਸਾਹਿਬ ਤੋਂ ਜਾ ਕੇ ਵੈਰੀਫਾਈ ਕਰਿਓ, ਫਿਰ ਪਾਇਓ ਇਹਨੂੰ ਇਹਨੂੰ ਆ ਜਿਹੜਾ ਆਪਣਾ ਅੱਜ ਦਾ ਨਾ ਪ੍ਰੋਗਰਾਮ, ਇਹਨੂੰ ਫਿਰ ਵੈਰੀਫਾਈ ਕਰਿਓ ਵੀ ਜਿਸ ਦਿਨ ਇਹ ਰੌਲਾ ਪਿਆ ਸੀ ਵੀ ਉਹਨੂੰ ਉਹਦੇ 'ਤੇ ਹਮਲਾ ਹੋਇਆ, ਤੁਸੀਂ ਅਕਾਲ ਤਖਤ ਸਾਹਿਬ ਤੋਂ ਜਾ ਕੇ ਵੈਰੀਫਾਈ ਕਰਿਓ ਵੀ ਕੀ ਉਸ ਦਿਨ ਉਹਦੀ ਦਰਖਾਸਤ ਆਈ ਸੀ, ਉਹਦੀ ਪੜਚੋਲ ਕਰਕੇ ਫਿਰ ਤੁਸੀਂ ਉਹਦਾ ਜਵਾਬ ਕੀ ਦਿੱਤਾ ਸੀ। ਉੱਥੋਂ ਬਿਲਕੁਲ ਉਹਨਾਂ ਕਿਹਾ ਜੀ ਇਹਦਾ ਬੰਦੇ ਦਾ ਕੋਈ ਨਹੀਂ ਹੈਗਾ, ਇਹਨੂੰ ਇਲਜ਼ਾਮ ਇਲਜ਼ੂਮ ਹੀ ਲੱਗ ਰਿਹਾ ਵਾ, ਇਹਦਾ ਨਹੀਂ ਕੋਈ ਵੀ। ਉਹ ਜਿਹੜੇ ਹਮਲੇ ਦੀ ਗੱਲ ਆ, ਉਹ ਕਿਸੇ ਨੇ ਆਪਣਾ ਰਾਂਝਾ ਰਾਜੀ ਕਰ ਲਿਆ, ਅਤੇ ਜਦੋਂ ਜਿਹੜੀ ਸਰੋਤੇ ਆ ਜਿਹੜੇ ਉਹ 2-2.5 crore ਸਰੋਤਿਆਂ ਨੇ, ਉਹਨਾਂ ਅੱਜ ਆਪਣਾ ਰਾਂਝਾ ਰਾਜੀ ਕਰ ਲਿਆ, ਹੈ ਨਾ। ਹੁਣ ਭਾਵੇਂ ਉਹ ਬੰਦਾ ਆਣ ਕੇ ਜਿੱਦਣ ਮਰਜ਼ੀ ਮੇਰੀ ਸੰਗੀ ਕੋਠ, ਪਰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਕੋਈ ਸ਼ਬਦ ਨਹੀਂ ਬੋਲਿਆ? ਨਹੀਂ ਸਰ, ਬੋਲਿਆ ਨਹੀਂ। ਉਹ ਪਤਾ ਨਹੀਂ ਕਿੰਨੇ ਲੋਕਾਂ ਨੂੰ ਇਸ ਤਰ੍ਹਾਂ ਹੁੰਦਾ ਵਾ, ਨਹੀਂ ਬੋਲਿਆ ਕੱਖ ਵੀ ਨਹੀਂ। ਸਰ ਉਹ ਬੇਟਾ ਉਹ ਐਡਿਟ ਹੋਈ ਸੀ, ਉਹ ਵੈਰੀਫਾਈ ਕੀਤਾ ਅਕਾਲ ਤਖ਼ਤ ਨੇ, ਤਾਂ ਹੀ ਉਹਨਾਂ ਨੇ ਮੈਨੂੰ ਮਾਫ਼ ਕੀਤਾ। ਤੁਹਾਡੇ ਤੇ ਪਰਚਾ ਨਹੀਂ ਹੋਇਆ 295 ਦਾ? ਨਾ ਜੀ, ਮਤਲਬ ਹੀ ਨਹੀਂ। ਮੈਂ ਤਾਂ ਤੁਹਾਡੇ ਤੋਂ ਹੀ ਸਾਰੇ, ਜਿਨ੍ਹਾਂ ਨੇ ਤੁਹਾਡੇ ਉੱਤੇ ਹਮਲਾ ਕੀਤਾ ਤੁਸੀਂ ਉਹਨਾਂ ਦੇ ਉੱਤੇ ਪਰਚਾ ਦਰਜ ਕਰਵਾਇਆ ਜੀ? ਉਹਦੇ ਨਿਸ਼ਾਨ ਨੇ ਸਰ, ਉਹ ਅਸੀਂ ਨਹੀਂ ਕਰਵਾਇਆ, ਉਹ ਸਗੋਂ ਜਿਹੜੇ ਲਾਗਤਬਾਜ਼ੀਆਂ ਵਾਲੇ ਲੋਕ ਸੀ ਨਾ, ਉਹ ਆਪੋ ਵਿੱਚ ਹੀ ਕਰਵਾ ਕੇ ਆਪੋ ਵਿੱਚ ਹੀ ਉਹਨਾਂ ਨਿਬੜ ਲਿਆ। ਮੇਰਾ ਕਿਸੇ ਵੀ ਅਦਾਲਤ 'ਚੋਂ ਨਾ ਕਢਾ ਲਿਓ, ਨਾ ਮੇਰਾ ਕੋਈ ਮੈਂ ਉਹ ਕਰਨ 'ਚ, ਅਤੇ ਨਾ ਮੇਰਾ ਕੋਈ ਉਹਨਾਂ ਦਾ। ਇਹਦਾ ਮੀਨਿੰਗ ਜੇ ਮੈਂ ਪਰਚਾ ਦਰਜ ਕਰਾਊਂਗਾ ਤਾਂ ਇਹਦਾ ਮਤਲਬ ਕਿ ਉਹ ਉਹਨਾਂ ਲੋਕਾਂ ਨੂੰ ਕੋਈ ਜਾਂ ਪੁੱਛ ਗਿੱਛ ਜਾਂ ਸਜ਼ਾ, ਜਾਂ ਉਹ ਮੈਨੂੰ ਦੁਬਾਰਾ ਫਿਰ ਦੁਬਾਰਾ ਮੇਰੇ 'ਤੇ ਹਮਲਾ ਕਰਨਗੇ। ਉਹ ਇਸ ਤਰ੍ਹਾਂ ਦਾ ਕੋਈ ਨਹੀਂ ਜੀ, ਉਹ ਜਿੰਨੇ ਆਪਣਾ ਰਾਂਝਾ ਰਾਜੀ ਕਰਨਾ ਹੀ ਹਮਲਾ ਕਰ, ਉਹਨੇ ਕਰ ਲਿਆ ਜੀ। ਉਹ ਸੁਖੀ ਵੱਸਦਾ ਰਵੇ, ਪਰਮਾਤਮਾ ਉਹਦੇ ਬੱਚਿਆਂ ਦੀ ਉਮਰ ਲੰਬੀ ਕਰੇ। ਨਹੀਂ, ਪਰ ਤੁਹਾਨੂੰ ਪਤਾ ਵੀ ਕਿਹਨੇ ਹਮਲਾ ਕਰਾਇਆ ਸੀ? ਉਹ ਮੈਨੂੰ ਪਤਾ ਜੀ, ਉਹ ਪਤਾ ਪੁੱਤ, ਸੋਰੀ ਪਰ ਠੀਕ ਹੈ, ਮੈਂ ਅਰਦਾਸ ਕਰਦਾ ਸੱਚੇ ਦਿਲੋਂ, ਮੈਂ ਤਾਂ ਟੀ ਵੀ ਦੇ ਸਾਹਮਣੇ ਨਹੀਂ, ਹਾਂ ਮੈਂ ਕੱਲ੍ਹ ਤੋਂ ਪਹਿਲਾਂ ਭਾਵੇਂ ਅਰਦਾਸ ਨਾ ਕਰਦਾ, ਆ ਜਿਹੜਾ ਮੈਨੂੰ ਸਮਾਂ ਰੱਬ ਨੇ ਦਿੱਤਾ, ਇਹਦਾ ਕਰਕੇ ਮੈਂ ਅਰਦਾਸ ਕਰਦਾ ਵੀ ਉਹਦੇ ਬੱਚਿਆਂ ਦੀ ਵੱਡੀ ਉਮਰ ਹੋਵੇ, ਉਹਦੇ ਬੱਚੇ ਮੇਰੇ ਤੋਂ ਵੀ ਉੱਪਰ ਤੱਕ ਪਹੁੰਚਣ, ਅਤੇ ਉਹਨੂੰ ਇਸ ਤਰ੍ਹਾਂ ਦੀਆਂ ਗੱਲਾਂ ਉਹ ਬਾਅਦ 'ਚ ਨਾ ਕਰੇ। ਬਸ ਆ ਆ ਜੀ, ਆਮ ਤੌਰ ਦੇ ਉੱਤੇ ਇਹ ਗੱਲ ਕਹੀ ਜਾਂਦੀ ਆ, ਆਖਰੀ ਗੱਲ ਆ ਇਹ ਜੀ, ਸਮਾਂ ਥੋੜ੍ਹਾ ਜੀ, ਆਮ ਤੌਰ 'ਤੇ ਗੱਲ ਕਹੀ ਜਾਂਦੀ ਆ ਕਿ ਬੰਦੇ ਨੂੰ ਬੋਲਣ ਦਾ ਮੌਕਾ ਹੀ ਨਹੀਂ ਮਿਲਦਾ, ਇੱਥੇ ਭੈਣ ਜੀ ਬੋਲਦੇ ਨਹੀਂ।
ਨਹੀਂ ਸਰ ਮੈਂ ਵੈਸੇ ਵੀ ਹੌਲੀ ਹੌਲੀ ਪਿੱਛੋਂ ਕਿਉਂ ਜੇ ਦਿੰਦੇ ਨਹੀਂ ਮੈਂ ਬੋਲਦੀ ਨਹੀਂ ਕਹਦੇ ਹੋ ਇਹ ਗੱਲ ਤੁਹਾਡੀ ਬਿਲਕੁਲ ਸੱਚੀ ਮੈਂ ਬੋਲਦੀ ਨਹੀਂ ਕਰੇ ਵੀ ਗਾਣੇ ਮੇਰੇ ਕੋ ਜਿੰਨੇ ਮਰਜ਼ੀ ਸੁਣ ਲਓ ਉਹ ਤੇ ਨੌਨ ਸਟਾਪ ਹੈ ਨਾ ਕਰੇ ਵੀ ਨਹੀਂ ਬੋਲਦੇ ਨਹੀਂ ਬੋਲਦੇ ਨਾ ਨਹੀਂ ਘਰ ਤਾਂ ਬਣਦਾ ਹੈ ਬਿਲਕੁਲ ਸੱਚੀ ਹੈ ਜੀ ਉਹ ਸਰ ਟੈਣਾ ਸਾਹਿਬ ਸੱਚੇ ਆ ਉਹ ਘਰ ਇਹਨਾਂ ਦਾ ਇਤਰਾ ਪੂਰੀ ਰਿਸ਼ਤੇਦਾਰੀ ਚ ਮੇਰੇ ਛੋਟੇ ਭਰਾਵਾਂ ਚਾਚਿਆਂ ਤਾਇਆਂ ਨਾਨਕਿਆਂ ਦਾਦਕਿਆਂ ਭੂਆ ਮਾਸੀਆਂ ਤੱਕ ਇੱਕੋ ਹੀ ਗੱਲ ਚੱਲਦੀ ਜਿਹੜੇ ਨੌਜਵਾਨ ਬੱਚੇ ਆ ਨਾ ਟਹਿਣਾ ਸਾਹਿਬ ਵਰਗੇ ਵੀ ਛੋਟੇ ਵੀ ਤੁਹਾਡੇ ਵਰਗੇ ਵੀ ਤੁਹਾਡੇ ਸਾਰੇ ਹੀ ਉਹਨਾਂ ਨੇ ਮਿੰਟ ਮਿੰਟ 'ਤੇ ਫੋਨ ਆਉਂਦੇ ਆ ਵੀ ਆਹ ਵੱਡਾ ਲੜ ਪਿਆ ਸੀ ਨਿੱਕੇ ਨਾਲ ਅਤੇ ਨਿੱਕਾ ਆਉਂਦਾ ਦੱਸਾਂ ਮਾਸੀ ਨੂੰ ਮਾਸੀ ਸ਼ੰਮੀ ਨੂੰ ਫੋਨ ਕਰਾਂ ਭੂਆ ਸ਼ੰਮੀ ਨੂੰ ਫੋਨ ਕਰਾਂ ਭੂਆ ਆਪਣਾ ਮਾਮੀ ਸ਼ੰਮੀ ਨੂੰ ਯਾਨੀ ਜੋ ਵੀ ਹੈ ਨਾ ਸਾਡੇ ਘਰ 'ਚ ਵੀ ਦੱਸਾਂ ਮਾਮੀ ਥੋੜ੍ਹਾ ਬਹੁਤਾ ਚੱਲਦਾ ਪਰ ਇੱਥੇ ਤੁਸੀਂ ਚੜ੍ਹਦੀ ਕਲਰ ਵਿੱਚ ਰਹੋ ਸਾਗਰ ਸਾਹਿਬ ਸ਼ੰਮੀ ਜੀ ਤੁਸੀਂ ਵੀ ਜੀ ਸਾਨੂੰ ਹਮੇਸ਼ਾ ਇਹ ਗੱਲ ਨਿੱਜੀ ਤੌਰ ਤੇ ਚੰਗੀ ਲੱਗਦੀ ਹੈ ਕਿ ਗੁਮਨਾਮ ਹੋਏ ਬੰਦੇ ਜੀ ਪੰਜਾਬੀ ਕਈ ਵਾਰੀ ਹਾਸੇ ਠੱਠੇ 'ਚ ਕਈ ਵਾਰੀ ਲਾਗਤਬਾਜ਼ੀ 'ਚ ਕਈ ਵਾਰ ਸ਼ਰਾਰਤ ਦੇ ਵਿੱਚ ਤੇ ਕਈ ਵਾਰ ਸਿਦਕ ਦੇ ਨਾਲ ਅੱਗੇ ਲੈ ਕੇ ਆਉਂਦੇ ਆ ਮੈਂ ਹਮੇਸ਼ਾ ਹੀ ਬੇਨਤੀ ਕਰਦਾ ਮੈਂ ਤੇ ਹਰਮਨ ਜੀ ਕਿ ਕਲਾਕਾਰ ਆ ਜਿਹੜੇ ਉਹਨਾਂ ਦੇ ਘਰੇ ਰੋਟੀ ਪੱਕਦੀ ਰਹਿਣੀ ਚਾਹੀਦੀ ਹੈ ਅਸੀਂ ਪਿਛਲੇ ਦਿਨੀ ਚੰਦਰਕਾਂਤਾ ਕਪੂਰ ਦੀ ਇੰਟਰਵਿਊ ਕੀਤੀ ਉਹ ਬਿਰਧ ਆਸ਼ਰਮ ਦੇ ਵਿੱਚ ਰੁਲ ਰਹੀ ਹੈ ਔਰਤ ਆ ਉਹ ਚੋਟੀ ਦੀ ਗਾਇਕਾ ਰਹੀ ਆ ਉਹਨਾਂ ਨੂੰ ਵੀ ਸੰਭਾਲੋ ਸਾਰੇ ਹੀ ਕਲਾਕਾਰਾਂ ਨੂੰ ਸੰਭਾਲੋ ਤੇ ਪੜਚੋਲ ਤਰਕ ਦੇ ਨਾਲ ਕਰਨੀ ਸਿੱਖੀ ਆਪਾਂ ਕਿਸੇ ਨੂੰ ਗਾਲ ਨਾ ਕੱਢੋ ਜਿਹਨੇ ਜੋ ਕੀਤਾ ਉਹਨੂੰ ਉਹਦਾ ਸਿੱਟਾ ਮਿਲ ਜਾਣਾ ਤਹਿਜ਼ੀਬ ਨਾਲ ਲਿਆਕਤ ਦੇ ਨਾਲ ਆਪਣੀ ਗੱਲ ਰੱਖਣੀ ਚਾਹੀਦੀ ਹੈ ਗਾਲ ਦੁੱਪੜ ਕੱਢਣਾ ਕਿਸੇ ਮਸਲੇ ਦਾ ਹੱਲ ਨਹੀਂ ਅਫਸੋਸ ਹੈਗਾ ਵੀ ਆਹ ਤਾਂ ਯਾਰ ਮੈਂ ਬਾਹਲਾ ਹੀ ਲੀਹੋਂ ਲੱਥਾ ਲੁੱਚਾ ਜਾਗਾ ਤਾਂ ਨਹੀਂ ਸਰ ਨਹੀਂ ਮੈਨੂੰ ਏ ਟੂ ਜ਼ੈਡ ਜਿੰਨੇ ਗੱਲ ਘੁੱਟਣਾ ਘੁੱਟ ਜੇ ਕਿਉਂਕਿ ਉਦੋਂ ਮੇਰੀ ਉਮਰ ਉਹ ਸੀ ਮੈਂ ਬੇਟੀ ਨੂੰ ਕਿਹਾ ਭੈਣ ਜੀ ਤੁਹਾਨੂੰ ਬੇਟੀ ਨੂੰ ਕਿਹਾ ਇਹਦੀ ਉਮਰ ਉਹ ਸੀ ਇਹਨੂੰ ਸਮਝ ਨਹੀਂ ਮੈਂ ਕੀ ਗਵਾ ਰਿਹਾ ਇਹਨੂੰ ਪਤਾ ਹੀ ਨਹੀਂ ਸੀ ਨਹੀਂ ਪਰ ਹੁਣ ਉਮਰ ਜਦੋਂ ਅੱਗੇ ਵੱਧਦੀ ਹੈ ਹੁਣ ਕਿਉਂਕਿ ਨਿਆਣੇ ਨਿੱਕੇ ਨੇ ਹੁਣ ਅੱਗੇ ਕੀ ਸੁਣੋਗੇ ਹੁਣ ਅੱਗੇ ਸੁਣੋਗੇ ਨਹੀਂ ਲੱਭਣੇ ਤੈਨੂੰ ਲਾਲ ਗਵਾਚੇ ਨਹੀਂ ਲੱਭਣੇ ਪਹਿਲਾਂ ਦਾ ਰਿਕਾਰਡ ਹੈ ਨਹੀਂ ਲੱਭਣੇ ਤੈਨੂੰ ਲਾਲ ਗਵਾਚੇ ਨਹੀਂ ਲੱਭਣੇ ਇਹ ਸਾਹਾਂ ਦੇ ਸੁਰਤਾਲ ਗਵਾਚੇ ਨਹੀਂ ਲੱਭਣੇ ਤੈਨੂੰ ਲਾਲ ਗਵਾਚੇ ਨਹੀਂ ਲੱਭਣੇ ਉਹਦਾ ਲਾਸਟ ਅੰਤਰਾ ਹੈ ਉਸ ਚੀਜ਼ ਦਾ ਇਸ ਗਾਣੇ ਦਾ ਲਾਸਟ ਅੰਤਰਾ ਹੈ ਇਹ ਉੱਡਦੀ ਹੋਈ ਪਤੰਗ ਹੈ ਇੱਕ ਦਿਨ ਕੱਟ ਜਾਣੀ ਇਹ ਉੱਡਦੀ ਹੋਈ ਪਤੰਗ ਹੈ ਇੱਕ ਦਿਨ ਕੱਟ ਜਾਣੀ ਜਦ ਸਾਗਰ ਸਾਗਰ ਹੋਣੋ ਮਿੱਤਰਾ ਹਟ ਜਾਣੀ ਇਹ ਸਾਹਾਂ ਦੇ ਸੁਰਤਾਲ ਗਵਾਚੇ ਨਹੀਂ ਲੱਭਣੇ ਨਹੀਂ ਲੱਭਣੇ ਤੈਨੂੰ ਲਾਲ ਗਵਾਚੇ ਨਹੀਂ ਲੱਭਣੇ ਪੁੱਤ ਜੀ ਮੈਂ ਬੜਾ ਕੁਛ ਮੈਂ ਜੋ ਮੈਂ ਲਿਖ ਲੈਣਾ ਤੇ ਜੋ ਮੈਂ ਗਾਉਣਾ ਚਾਹੁੰਦਾ ਸੀ ਪੋਤੋ ਮੈਨੂੰ ਦੁਨੀਆ ਨੇ ਨਹੀਂ ਗਾਉਣ ਦਿੱਤਾ ਉਹ ਚੋਂ ਮੈਨੂੰ ਆਟਾ ਨਹੀਂ ਸੀ ਮਿਲਣਾ ਚਲੋ ਹੁਣ ਮੌਕਾ ਮਿਲਿਆ ਹੁਣ ਜ਼ਰੂਰ ਚੰਗਾ ਗਾਇਆ ਇੱਕ ਗਾਣਾ ਪੁੱਤ ਜੀ ਪਤਾ ਨਹੀਂ ਉਹ ਚ ਤੁਸੀਂ ਟਾਈਮ ਹੈਗਾ ਕਿ ਤਾਂ ਨਹੀਂ ਸੁਣਾਓ ਇੱਕ ਗਾਣਾ ਪੁੱਤ ਇੱਕ ਮਾਂ ਦੁਖੀ ਹੈ ਆਪਣਾ ਦੁੱਖ ਰੋ ਰਹੀ ਆ ਕਹਿੰਦੀ ਦੁਨੀਆ ਵਾਲਿਓ ਸੁਣੇ ਜੇ ਦਰਦ ਕੋਈ ਦੁਨੀਆ ਵਾਲਿਓ ਸੁਣੇ ਜੇ ਦਰਦ ਕੋਈ ਮੇਰੇ ਦਰਦ ਨੂੰ ਸਕੇ ਵੰਡਾ ਕੋਈ ਨਾ ਵੀ ਪਹਿਲੀ ਤਾਂ ਗੱਲ ਆ ਕੋਈ ਇੱਕ ਦੂਜੇ ਦਾ ਦਰਦ ਕਿੱਥੇ ਵੰਡਾ ਆਪੋ ਆਪਣਾ ਹੀ ਨਹੀਂ ਨਿਬੜਦਾ ਸੁਣਨਾ ਕਹਿੰਦੇ ਕਿਸੇ ਦਾ ਤੁਸੀਂ ਮੈਂ ਤੁਹਾਡਾ ਕਿੱਥੇ ਸੁਣਿਆ ਜਾਂਦਾ ਪਰ ਉਹ ਕਹਿੰਦੀ ਜੇ ਕੋਈ ਸੁਣ ਵੀ ਲਵੇ ਤੇ ਮੇਰਾ ਤਾਂ ਦੁੱਖ ਹੀ ਇਹੋ ਜਿਹਾ ਵੀ ਉਹਨੂੰ ਤਾਂ ਤੁਸੀਂ ਵੰਡਾ ਵੀ ਨਹੀਂ ਸਕਦੇ ਉਹ ਤਾਂ ਤੁਸੀਂ ਉਹਨੂੰ ਪਾਰਟਨਰ ਕੁਛ ਵੀ ਨਹੀਂ ਹੋ ਸਕਦਾ ਕਹਿੰਦੀ ਦੁਨੀਆ ਵਾਲਿਓ ਸੁਣੇ ਜੇ ਦਰਦ ਕੋਈ ਮੇਰੇ ਦਰਦ ਨੂੰ ਸਕੇ ਵੰਡਾ ਕੋਈ ਨਾ ਸਾਇੰਸ ਵਾਲਿਓ ਚੰਨ ਤੇ ਪਹੁੰਚ ਗਏ ਹੋ ਮੇਰੇ ਦੁੱਖਾਂ ਦੀ ਲੱਭੀ ਦਵਾ ਕੋਈ ਨਾ ਮੇਰਾ ਮਾਰਿਆ ਸਾਇੰਸ ਮੇਰੇ ਦੁੱਖ ਦਾ ਅਜੇ ਤੱਕ ਹੱਲ ਨਹੀਂ ਉਹ ਦੁੱਖ ਕੀ ਹੈ ਉਹਨੂੰ ਮੈਂ ਦੁਖਿਆਰੀ ਮਾਂ ਵੇ ਲੋਕੋ ਮੈਂ ਦੁਖਿਆਰੀ ਮਾਂ ਮੈਂ ਦੁਖਿਆਰੀ ਮਾਂ ਵੇ ਲੋਕੋ ਮੈਂ ਦੁਖਿਆਰੀ ਮਾਂ ਕਿਉਂ ਦੁਖੀ ਹੈ ਪੁੱਤਰ ਰਹਿੰਦੇ ਲੜਦੇ ਮੇਰੇ ਜਿਸਮ ਦੇ ਟੋਟੇ ਕਰਦੇ ਮੇਰੇ ਜ਼ਖਮ ਕਦੇ ਨਾ ਭਰਦੇ ਮੇਰੇ ਧਰਤੀ ਮੇਰਾ ਨਾਂ ਵੇ ਲੋਕੋ ਮੈਂ ਦੁਖਿਆਰੀ ਮਾਂ ਮੈਂ ਦੁਖਿਆਰੀ ਮਾਂ ਵੇ ਲੋਕੋ ਮੈਂ ਦੁਖਿਆਰੀ ਮਾਂ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਮੇਰੀ ਕੁੱਖ ਦੇ ਜਾਏ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਮੇਰੀ ਕੁੱਖ ਦੇ ਜਾਏ ਨਾਨਕ ਈਸਾ ਰਾਮ ਮੁਹੰਮਦ ਇੱਕ ਜੋਤੀ ਨੇ ਰੂਪ ਵਟਾਏ ਇੱਕੋ ਜਿਹਾ ਮੈਂ ਰੱਖਦੀ ਸਭ ਨੂੰ ਇੱਕ ਅੱਖ ਦੇ ਨਾਲ ਤੱਕਦੀ ਸਭ ਨੂੰ ਫਿਰ ਵੀ ਸੁੱਖ ਦਾ ਸਾਹ ਨਾ ਆਵੇ ਦੱਸਿਓ ਮੇਰਾ ਗੁਨਾਹ ਵੇ ਲੋਕੋ ਮੈਂ ਦੁਖਿਆਰੀ ਮਾਂ ਅਜੇ ਤੇ ਸੰਨ 47 ਵਾਲਿਆਂ ਜ਼ਖਮਾਂ ਦੀ ਮੇਰੀ ਪੀੜ ਸੀ ਅੱਲੀ ਤਾਜ਼ੀ ਮਤਲਬ ਅਜੇ ਤੇ ਸੰਨ 47 ਵਾਲਿਆਂ ਜ਼ਖਮਾਂ ਦੀ ਮੇਰੀ ਪੀੜ ਸੀ ਅੱਲੀ ਉਹ 47 ਭੁੱਲੀ ਨਹੀਂ ਇੱਥੇ ਇੱਕ 47 ਹੋਰ ਆ ਚੱਲੀ ਬਹੁਤ ਬਹੁਤ ਵੱਡੀ ਗੱਲ ਇੱਕ 47 ਉਹ ਅਜੇ ਤਾਂ ਸੰਨ 47 ਵਾਲਿਆਂ ਜ਼ਖਮਾਂ ਦੀ ਮੇਰੀ ਪੀੜ ਸੀ ਅੱਲੀ ਉਹ 47 ਭੁੱਲੀ ਨਹੀਂ ਇੱਥੇ ਇੱਕ 47 ਹੋਰ ਆ ਚੱਲੀ ਲੱਖਾਂ ਮੇਰੇ ਲਾਲ ਮਾਰ ਗਈ ਦੁੱਧ ਪੀਂਦੇ ਮੇਰੇ ਬਾਲ ਮਾਰ ਗਈ ਕਿਸੇ ਦੀ ਲਾਠੀ ਕਿਸੇ ਦਾ ਚੂੜਾ ਕਿਸੇ ਦੀ ਖੋਲੀ ਛਾਂ ਵੇ ਲੋਕੋ
ਮੈਂ ਦੁਖਿਆਰੀ ਬਹੁਤ ਮੈਂ ਦੁਖਿਆਰੀ ਬਹੁਤ ਵੱਡੀ ਗੱਲ ਬਹੁਤ ਸੋਹਣਾ ਜੀ ਵੇ ਪੁੱਤਰੋ ਇੰਨੀ ਛੇਤੀ ਕਿਉਂ ਗੁਰੂਆਂ ਦੇ ਉਪਦੇਸ਼ ਭੁੱਲ ਗਏ ਵੇ ਪੁੱਤਰੋ ਇੰਨੀ ਛੇਤੀ ਕਿਉਂ ਗੁਰੂਆਂ ਦੇ ਉਪਦੇਸ਼ ਭੁੱਲ ਗਏ ਸਭੇ ਸਾਂਝੀ ਵਾਲਤਾ ਦੇ ਸੱਚੇ ਸੁੱਚੇ ਸੰਦੇਸ਼ ਭੁੱਲ ਗਏ ਹਰ ਦਿਲ ਦੇ ਵਿੱਚ ਆਪ ਖੁਦਾ ਹੈ ਹਰ ਦਿਲ ਦੇ ਵਿੱਚ ਆਪ ਖੁਦਾ ਹੈ ਸਭ ਦਾ ਸਾਂਝਾ ਬਾਪ ਖੁਦਾ ਹੈ ਪਿਆਰਾਂ ਦੇ ਸਾਗਰ ਵਿੱਚ ਵਹਿ ਕੇ ਦੂਈ ਦਾ ਛੱਡ ਦਿਓ ਨਾ ਵੇ ਲੋਕੋ ਮੈਂ ਦੁਖਿਆਰੀ ਮਾਂ ਫਿਲਹਾਲ ਪ੍ਰੋਗਰਾਮ ਨੇ ਇੱਥੇ ਸਮੇਟਣ ਦਾ ਹੋ ਗਿਆ ਜੀ ਵੇਲਾ ਅਸੀਂ ਸਾਰੇ ਚੱਲਦੇ ਹਾਂ ਤੁਸੀਂ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ ਚਾਰਾਂ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਚੱਜ ਦਾ ਵਿਚਾਰ